ਬਾਹਰ ਤੇਈਵੀਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਰੂਪ ਗੁਰਦਰਸ ਨੂੰ ਪੂਰਨ ਬ੍ਰਹਮ ਆਚਰ ਦਿਖਾਇਆ। ਧੰਨ ਸ਼੍ਰੀ ਨਾਨਕ ਦੇਵ ਮਹਾਰਾਜ ਦਾ ਦਰਸ਼ਨ ਸਤਿ ਸਰੂਪ ਹੈ, ਜਿਨ੍ਹਾਂ ਨੇ ਕਿਰਪਾ ਕਰਕੇ ਪਾਰ ਬ੍ਰਹਮ ਆਚਰਜ ਰੂਪ ਨੂੰ ਦਿਖਾਇਆ ਦੱਸਿਆ। ਸਤਿਰੂਪ ਗੁਰਦਰਸ਼ਨ ਨੂੰ ਪੂਰਨ ਬ੍ਰਹਮ ਆਚਰਜ ਦਿਖਾਇਆ, ਸਤਿਗੁਰਾਂ ਦਰਸ਼ਨ ਸਤ ਸਰੂਪ ਹੈ। ਜਿਨ੍ਹਾਂ ਨੇ ਪਾਰ ਬ੍ਰਹਮ ਨੂੰ ਆਚਰਜ ਰੂਪ ਦਿਖਾਇਆ ਦੱਸਿਆ ਹੈ। ਸਤਨਾਮ ਕਰਤਾ ਪਾਰ ਬ੍ਰਹਮ ਪਰਮੇਸ਼ਰ ਧਿਆਇਆ। ਆਪ ਜੀ ਨੇ ਸਤਨਾਮ ਕਰਤਾ ਪੁਰਖ ਦਾ ਮੰਤਰ ਦੱਸ ਕੇ ਭਾਵ ਮੂਲ ਮੰਤਰ ਪਾਰ ਪਰਮੇਸ਼ਰ ਦਾ ਜਿਹੜਾ ਸਿਮਰਨ ਸੀ, ਹਾਂਜੀ, ਧਿਆਇਆ, ਉਹਨੂੰ ਦ੍ਰਿੜ ਕਰਾ ਦਿੱਤਾ ਵੀ ਇਹਦਾ ਧਿਆਉਣਾ ਕਰੋ। ਸਤਿਗੁਰ ਸ਼ਬਦ ਗਿਆਨ ਸੱਚ ਅਨਹਤੁਨ ਬਿਸਮਾਦ ਸੁਣਾਇਆ। ਸਤਿਗੁਰੂ ਦਾ ਸ਼ਬਦ ਜਿਹੜਾ ਅਤੇ ਸਤਿਗੁਰਾਂ ਦਾ ਗਿਆਨ ਸੱਚਾ ਹੈ, ਉਹ ਸ਼ਬਦ ਨਾਮ ਦੀ ਜਿਹੜੀ ਅਨਹਦ ਧੁਨੀ ਦੇ ਅਸਚਰਜ ਬਾਜਿਆਂ ਦਾ ਜਿਹੜਾ ਸ਼ਬਦ ਸੀ, ਉਹ ਸ਼ਬਦ ਬ੍ਰਹਮ ਤੱਕ ਸਿਮਰ ਨਾਲ ਪਹੁੰਚਾ ਦਿੱਤਾ, ਸੁਣਾ ਦਿੱਤਾ, ਸੁਣਾਇਆ। ਕਿਉਂਕਿ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਗੁਰਮੁਖ ਪੰਥ ਚਲਾ ਉਹਨੂੰ ਨਾਮ ਦਾ ਨਿਸ਼ਨਾਮ ਦਰੜਾਇਆ। ਸਤਿਗੁਰ ਸ਼ਬਦ ਗਿਆਨ ਸੱਚ ਅਨਹਦ ਧੁਨ ਬਿਸਮਾਦ ਸੁਣਾਇਆ। ਸਤਿਗੁਰਾਂ ਦਾ ਸ਼ਬਦ ਔਰ ਗਿਆਨ ਸੱਚਾ ਆ, ਸ਼ਬਦ ਦੀ ਅਨਹਦ ਧੁਨੀ ਜਿਹੜੀ ਉਹ ਬੜੀ ਮਹਾਨ ਆ। ਗੁਰਮੁਖ ਪੰਥ ਚਲਾਇਆ ਨਾਮ ਦਾ ਨਿਸ਼ਨਾਮ ਦਰੜਾਇਆ। ਸਤਿਗੁਰਾਂ ਨੇ ਗੁਰਮੁਖ ਪੰਥ ਜਿਹੜਾ ਸੀ ਤੋਰ ਕੇ ਨਾਮ ਦਾ ਨਿਸ਼ਨਾਮ ਜਿਹੜਾ ਦ੍ਰਿੜ ਕਰਾਇਆ। ਗੁਰਸਿੱਖ ਦੇ ਗੁਰਸਿੱਖ ਕਰ ਸਾਧ ਸੰਗਤ ਸੱਚ ਖੰਡ ਵਸਾਇਆ। ਗੁਰੂ ਸਿੱਖਿਆ ਦੇ ਕੇ ਗੁਰੂ ਸਿੱਖ ਗੁਰੂ ਅੰਗਦ ਸਾਹਿਬ ਨੂੰ ਥਾਪ ਦਿੱਤਾ, ਸਾਧ ਸੰਗਤ ਸੱਚ ਖੰਡ ਵਸਾਇਆ। ਇਹ ਸਾਧ ਸੰਗਤ ਰੂਪੀ ਜਿਹੜਾ ਸੱਚ ਖੰਡ ਸੀ ਇਹਨੂੰ ਵਸਾ ਦਿੱਤਾ। ਸੱਚ ਰਾਸ ਰਹਿ ਰਾਸ ਦੇ ਸਤਿਗੁਰ ਗੁਰਸਿੱਖ ਪੈਰੀ ਪਾਇਆ। ਫਿਰ ਧੰਨ ਗੁਰੂ ਅੰਗਦ ਸਾਹਿਬ ਨੇ ਸੱਚੀ ਜਿਹੜੀ ਰਾਸ ਪੂੰਜੀ ਦੇ ਕੇ ਸੱਚਾ ਰਹਿ ਰਾਸ ਰਸਤਾ ਦੱਸ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਗੁਰਸਿੱਖਾਂ ਨੂੰ ਲਾ ਦਿੱਤਾ, ਚਰਨੀ ਪਾ ਦਿੱਤਾ, ਪੈਰੀ ਪਾਇਆ, ਚਰਨਕਾਂ ਨੂੰ ਪ੍ਰਤਾਪ ਜਣਾਇਆ। ਔਰ ਸਤਿਗੁਰਾਂ ਦੇ ਚਰਨ ਕਮਲਾਂ ਦਾ ਪ੍ਰਤਾਪ ਸਿੱਖਾਂ ਨੂੰ ਜਣਾ ਦਿੱਤਾ, ਦੱਸ ਦਿੱਤਾ ਕਿ ਗੁਰੂ ਦੇ ਚਰਨਾਂ ਦੇ ਪ੍ਰਤਾਪ ਨਾਲ ਸਾਡੀ ਤਰੱਕੀ ਹੋਣੀ ਹੈ, ਵਾਧਾ ਹੋਣਾ। ਦੂਜੀ ਪੌੜੀ ਤੀਰਥ ਨਾਤੇ ਪਾਪ ਜਨ ਪਤਤ ਦਰ ਨੌਂਤਰ। ਤੀਰਥ ਇਸ਼ਨਾਨ ਕੀਤੇ ਪਾਪ ਚਲੇ ਜਾਣੇ, ਇਹ ਮੰਨ ਕੇ ਲੋਕ ਇਸੀ ਗੱਲ ਨੂੰ ਮੰਨ ਕੇ ਲੋਕਾਂ ਨੇ ਇਸ ਕਾਰਨ ਉਹਨਾਂ ਦਾ ਨਾਮ ਪਤਤ ਉਦਾਹਰਣ ਕਰ ਦਿੱਤਾ, ਧਰ ਦਿੱਤਾ। ਤੀਰਥ ਹੁਣ ਸਕਾਰ ਅਤੇ ਸਾਧ ਜਨਾਂ ਦਾ ਦਰਸ਼ਨ ਪਾਇਆ। ਤੀਰਥ ਆਪ ਸਕਾਰ ਅਤੇ ਹੁੰਦੇ ਆ ਜਦੋਂ ਸਾਧ ਜਨਾਂ ਦਾ ਦਰਸ਼ਨ ਪਾ ਲੈਣ, ਕਿਉਂਕਿ ਉਹਨਾਂ ਦੇ ਪਾਪਾਂ ਨੂੰ ਮਹਾਤਮਾ ਦੂਰ ਕਰਦੇ ਆ। ਗੰਗਾ ਜਮੁਨਾ ਗੋਦਾਵਰੀ ਸੁਰਸਤੀ ਅਤੇ ਉਦਮ ਅਤੇ ਕਰ ਹੈ ਉਦਮ ਧੂਰ ਸਾਧੂ ਕੀ ਤਾਈ ਗਿਲਵਿਖ ਮਹਿਲ ਪਰੇ ਪਰੇ ਅਮਰੇ ਵਿੱਚ ਅਮਰੀ ਮਹਿਲ ਸਾਧੂ ਕੀ ਧੂਰ ਗਵਾਈ। ਸਾਧ ਹੋਏ ਮਨ ਸਾਧ ਕੇ ਚਰਨ ਕਮਲ ਗੁਰਚਿਤ ਵਸਾਇਆ। ਜਿਹਨੇ ਆਪਣੇ ਮਨਾਂ ਨੂੰ ਸਾਧ ਕੇ ਸਾਧ ਬਣਦੇ ਆ, ਜਿਹਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਆਪਣੇ ਮਨ ਨੂੰ ਵਸਾਇਆ, ਭਾਵ ਕਦੇ ਵੀ ਚਰਨਾਂ ਤੋਂ ਜੁਦਾ ਨਹੀਂ ਹੋਣ ਦਿੱਤਾ। ਉਪਮਾ ਸਾਧ ਅਗਾਧ ਬੋਧ ਕੋਟ ਮੱਧੇ ਕੋ ਸਾਧ ਸੁਣਾਇਆ। ਸਾਧੂ ਦੀ ਉਪਮਾ ਜਿਹੜੀ ਹੈ ਉਹ ਬੜੀ ਅਗਾਧ ਹੈ, ਡੂੰਘੇ ਵਿਚਾਰ ਵਾਲੀ ਹੈ। ਕਰੋੜਾਂ ਵਿੱਚ ਕੋਈ ਅਜਿਹਾ ਸਾਧੂ ਜਿਹੜਾ ਉਹ ਸੁਣਾਇਆ ਸੁਣੀ ਦਾ ਆ। ਤੇਰਾ ਜਨ ਏਕ ਆਦ ਕੋਈ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਗੁ
ਗੁਰਸਿੱਖ ਸਾਧ ਅਸੰਖ ਜਗ ਧਰਮਸਾਲ ਥਾਏ ਥਾਏ ਸੁਹਾਇਆ। ਭਾਈ ਸਾਹਿਬ ਜੀ ਕਹਿੰਦੇ ਆ ਧਰਮਸਾਲ ਰੂਪੀ ਤੀਰਥ ਜਗ੍ਹਾ ਜਗ੍ਹਾ ਸੋਭ ਰਹੇ ਆ, ਅਗਿਣਤ ਸੰਸਾਰ 'ਚ ਹੈਗੇ ਆ। ਔਰ ਜਿਹੜਾ ਧਰਮਸਾਲ ਰੂਪੀ ਤੀਰਥ ਹੈ ਉਹ ਜਗ੍ਹਾ ਜਗ੍ਹਾ ਸੋਭ ਰਹੇ। ਧੰਨ ਗੁਰੂ ਨਾਨਕ ਦੇਵ, ਸਿੱਖ ਅਤੇ ਸਾਧੂ ਅਗਿਣਤ ਸੰਸਾਰ 'ਚ ਹੈ ਭਾਈ ਸਾਹਿਬ ਦੇ, ਕਿਉਂਕਿ ਧਰਮਸਾਲ ਰੂਪੀ ਤੀਰਥ ਜਗ੍ਹਾ ਜਗ੍ਹਾ ਸੋਭ ਰਹੇ ਹੈ। ਪੈਰੀ ਪੈ ਪੈਰ ਧੋਵਣੇ ਚਰਨ ਉਦਕ ਲੈ ਪੈਰ ਪਜਾਇਆ। ਚਰਨੀ ਪੈ ਕੇ ਗੁਰੂ ਦੇ ਸਿੱਖਾਂ ਦੇ ਚਰਨ ਧੋ ਕੇ ਚਰਨ ਉਦਕ ਲੈਂਦੇ, ਉਹਨਾਂ ਦੇ ਚਰਨਾਂ ਨੂੰ ਪੂਜਦੇ ਆ, ਪੁਜਾਇਆ ਮੈਨੇ ਪੂਜਦੇ ਆ। ਗੁਰਮੁਖ ਸੁੱਖ ਫਲ ਲੱਖ ਲਖਾਇਆ, ਗੁਰਮੁਖਾਂ ਸੁੱਖ ਫਲ ਦੀ ਪ੍ਰਾਪਤੀ ਹੋਈ। ਧਰਮਸ਼ਾਲਾ 'ਚ ਸੇਵਾ ਭਗਤੀ ਕਰਦੇ ਆ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਅਲੱਖ ਨੂੰ ਲਿਖਾਇਆ ਲੱਖ ਲਿਆ। ਅਗਾਧ ਬੋਧ ਡੂੰਘਾ ਵਿਚਾਰ, ਤਤ ਮਿਥਿਆ ਦਾ ਵਿਵੇਚਨ ਕਰਨਾ, ਸਿਖਾਰਥੇ ਮੈਨੇ ਸਫਲ ਹੈ। ਤੀਜੀ ਪੌੜੀ, ਪੰਜ ਤੱਤ ਉਸ ਪ੍ਰਕਾਰ ਗੁਰਮੁਖ ਧਰਤੀ ਆਪ ਗਵਾਇਆ। ਪੰਜ ਤੱਤ ਆਕਾਸ਼ ਬਜੁਗਨੀ ਜਲ ਪੈਦਾ ਕਰਕੇ ਪਰਮਾਤਮਾ ਨੇ, ਇਹਨਾਂ ਵਿੱਚੋਂ ਗੁਰਮੁਖਾਂ ਨੇ ਧਰਤੀ ਦਾ ਗੁਣ ਲੈ ਕੇ ਆਪਣਾ ਭਗਵਾ ਦਿੱਤਾ। ਚਰਨ ਕਮਲ ਸਰਨਾਗਤੀ ਸਭ ਨਿਧਾਨ ਸੁਭੇ ਫਲ ਪਾਇਆ। ਚਰਨਾਂ ਦੀ ਸ਼ਰਨ ਲੈਣ ਨੂੰ ਗੁਰਮੁਖਾਂ ਨੇ ਸਾਰੇ ਪਦਾਰਥ ਸਾਰੇ ਫਲ ਪਾ ਲਏ। ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜ ਜਗ ਤਰਾਇਆ। ਲੋਕਾਂ ਧਰਮ ਪੁਸਤਕਾਂ ਗੁਰੂ ਦੇ ਗਿਆਨ 'ਚ ਸਾਧੂਆਂ ਦੀ ਧੂੜੀ ਨੇ ਸੰਸਾਰ ਨੂੰ ਉਤਾਰਿਆ। ਇਹ ਲੋਕ ਵੀ ਕਹਿੰਦੇ ਆ, ਧਰਮ ਪੁਸਤਕ ਵੀ ਕਹਿੰਦੇ ਆ। ਪਤਿਤ ਪੁਨੀਤ ਕਰਾਇਆ ਕਿ ਪਾਵਨ ਪੁਰਖ ਪਵਿੱਤਰ ਕਰਾਇਆ। ਪਾਪੀਆਂ ਨੂੰ ਪਵਿੱਤਰ ਕਰਕੇ ਪਵਿੱਤਰ ਪੁਰਖਾਂ ਨੂੰ ਪਵਿੱਤਰ ਕਰਦੀ। ਗੱਲ ਕੀ, ਇਹ ਪਾਵਨ ਜਿਹੜੀ ਧੂੜੀ ਹੈ ਇਹਦੇ 'ਚ ਬੜੀ ਮਹਾਨ ਬਰਕਤ ਹੈ। ਚਰਨੋਦਕ ਮਹਿਮਾ ਅਮਿਤ ਸੇਖ ਸਹਿਸ ਮੁੱਖ ਅੰਤ ਨਾ ਪਾਇਆ। ਚਰਨਾਮਾ ਦੀ ਜਿਹੜੀ ਮਹਿਮਾ ਇਹਦਾ ਅੰਤ ਨਹੀਂ ਪਾਇਆ ਜਾਂਦਾ, ਅਮਿਤ ਆ, ਕੀਮਤ ਨਹੀਂ ਪਾਈ ਜਾਂਦੀ, ਅਨੰਤ ਆ। ਲੇਖ ਜਿਹੜੇ ਕੁਲੇਖ ਖੋਟੇ ਲੇਖ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਉਹਦੀ ਮਹਿਮਾ ਅੰਤ ਨਹੀਂ, ਹਜ਼ਾਰ ਮੂਹਾਂ 'ਚ ਸ਼ੇਸ਼ ਨਾਗ ਉਹ ਵੀ ਅੰਤ ਨਹੀਂ ਪਾ ਸਕਦਾ, ਉਹਨੇ ਵੀ ਅੰਤ ਨਹੀਂ ਪਾਇਆ। ਧੂੜੀ ਲੇਖ ਮਿਟਾਏ ਚਰਨੋਦਕ ਮਨ ਵਸਾਇਆ। ਚਰਨਾਂ ਦੀ ਧੂੜ ਨੇ ਲੇਖ ਜਿਹੜੇ ਖੋਟੇ ਲੇਖ ਸੀ ਮਿਟਾ ਦਿੱਤੇ, ਔਰ ਚਰਨਾਮਤ ਲੈਣ ਨਾਲ ਮਨ ਵਸ ਵਿੱਚ ਆ ਜਾਂਦਾ। ਪੈਰੀ ਪੈ ਜਗ ਚਰਨੀ ਲਾਇਆ, ਭਾਈ ਗ੍ਰੰਥ ਸਤਿਗੁਰਾਂ ਦੇ ਪੈਰੀ ਪੈ ਕੇ ਸਾਰੇ ਸੰਸਾਰ ਨੂੰ ਪੈਰੀ ਪਾ ਲਿਆ। ਮੇਰੇ ਮੱਥੇ ਲੱਗ ਗਈ ਲੇ ਧੂੜ ਗੋਬਿੰਦ ਚਰਨਨ ਕੀ। ਚੌਥੀ ਪੌੜੀ, ਚਰਨੋਦਕ ਹੋਏ ਸੁਰ ਸ੍ਰੀ ਤਾਜ ਵੈਕੁੰਠ ਧਰਤ ਵਿੱਚ ਆਏ। ਇਹ ਲੋਕਾਂ 'ਚ ਗੱਲ ਚੱਲਦੀ ਹੈ ਗੰਗਾ ਬਾਵਨ ਦੇ ਚਰਨਾਂ ਦਾ ਚਰਨਾਮਤ ਹੋਣ ਕਰਕੇ ਵਿਛੁੰਠ ਵੈਕੁੰਠ 'ਤੇ ਆ ਕੇ ਧਰਤੀ 'ਤੇ ਆ ਗਈ ਹੈ। 999 68 ਤੀਰਥਾਂ ਸਮਾਈ, 999 ਨਦੀ 68 ਤੀਰਥਾਂ ਜਾ ਕੇ ਗੰਗਾ 'ਚ ਸਮਾਈ ਕੀਤੀ ਹੈ। ਗੰਗਾ ਇਸ਼ਨਾਨ ਦਾ ਫਲ ਸਾਰਿਆਂ ਨੂੰ ਸ੍ਰੇਸ਼ਟ ਮੰਨਦੇ ਹੈ। ਸੁਰ ਸ੍ਰੀ ਮੈਨੇ ਗੰਗਾ, ਗੰਗਾ ਦੇ ਵਿੱਚ ਸਮਾਈ ਕੀਤੀ ਹੈ। ਤੀਰਥ 68 ਤੀਰਥ ਅੰਗ ਸਮਾਈ, ਜਿਹੜੇ 68 ਤੀਰਥ ਆ ਉਹ ਜਾ ਕੇ ਗੰਗਾ ਦੇ ਵਿੱਚ ਸਮਾ ਗਏ। ਮਿਲ ਕੇ 18 ਗੰਗਾ ਦੇ ਵਿੱਚ ਸਮਾਈ ਕੀਤੀ, ਤੀਰਥ ਅੰਗ ਸਮਾਈ, ਤੀਰਥ ਜਿਹੜੇ ਆ ਗੰਗਾ ਦਾ ਅੰਗ ਬਣ ਕੇ ਗੰਗਾ 'ਚ ਸਮਾ ਗਿਆ। ਤੇ ਹੋਈ ਤੇ ਉਹ ਲੋਈ ਪ੍ਰਵਾਨ ਹੈ ਮਹਾਂਦੇਵ ਨੇ ਸੀਸ ਚੜਾਈ। ਤਿੰਨਾਂ ਲੋਕਾਂ 'ਚ ਪ੍ਰਵਾਨ ਆ, ਉਹਦੀਆਂ ਤਿੰਨ ਧਾਰਾਂ ਹੋਈਆਂ। ਪਤਾਲ ਧਾਰਾ ਦਾ ਨਾਮ ਭੋਗਾਵਤੀ ਹੈ, ਸਵਰਗ ਧਾਰਾ ਦਾ ਨਾਮ ਅਮਰਾਵਤੀ ਹੈ, ਔਰ ਭੂ ਲੋਕ ਵੀ ਗੰਗਾ ਨਾਮ ਕਹੀਦਾ ਹੈ। ਇਹਨੂੰ ਲੈ ਕੇ ਸ਼ਿਵ ਜੀ ਨੇ ਸਿਰ 'ਤੇ ਚੜ੍ਹਾ ਲਿਆ, ਰੱਖ ਲਿਆ, ਧਾਰ ਲਿਆ। ਦੇਵੀ ਦੇਵ ਸੇਵਦੇ ਜੈ ਜੈ ਕਰ, ਵੱਡੀ ਵਡਿਆਈ ਦੇਵੀ ਦੇਵਤੇ ਸੇਵਦੇ ਆ, ਜੈ ਜੈ ਕਰ ਹੁੰਦੇ, ਬੜੀ ਸੋਭਾ ਹੁੰਦੀ ਹੈ।
ਬੜੀ ਵਡਿਆਈ ਹੁੰਦੀ ਹੈ। ਸਾਣ ਗੰਗਾ ਬੈਕੁੰਠ ਲੱਖ ਲੱਖ ਬੈਕੁੰਠ ਨਾਥ ਲਿਵ ਲਾਏ। ਭਾਈ ਸਾਹਿਬ ਲੇਖਨ ਲੱਖਾਂ ਬਕੁੰਠ, ਲੱਖਾਂ ਬਕੁੰਠਾਂ ਦੇ ਸੁਆਮੀ ਇਹ ਗੰਗਾ ਦੇ ਸਮੇਤ ਲਿਵ ਲਾ ਕੇ ਧਿਆਨ ਕਰਕੇ ਇਹ ਬਚਨ ਕਹਿੰਦੇ ਆ। ਸਾਧੂ ਧੂੜ ਦੁਰਲੱਭ ਹੈ, ਸਾਧ ਸੰਗਤ ਸਤਿਗੁਰ ਸੁਣਾਈ। ਮਹਾਤਮਾ ਚਰਨਾਂ ਦੀ ਧੂੜੀ ਬੜੀ ਦੁਰਲੱਭ ਹੈ, ਔਰ ਸਤਿਗੁਰੂ ਅਤੇ ਸਾਧ ਸੰਗਤ ਦੀ ਸ਼ਰਨ, ਸਾਧ ਸੰਗਤ ਸਤਿਗੁਰ ਸੁਣਾਈ, ਸਾਧ ਸੰਗਤ ਦੀ ਸ਼ਰਨ ਆਉਣ ਦਾ ਨਾਮ ਆ। ਸਤਿਗੁਰੂ ਅਤੇ ਸਾਧ ਸੰਗਤ ਦੀ ਸ਼ਰਨ ਆਉਣ ਦਾ ਨਾਮ ਆ। ਸਾਧੂ ਧੂੜ ਦੁਰਲੱਭ ਹੈ, ਸਾਧੂ ਦੀ ਜਿਹੜੀ ਧੂੜੀ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਆ ਦੁਰਲੱਭ ਆ। ਸਤਿਗੁਰੂ ਅਤੇ ਸਾਧ ਸੰਗਤ ਦੀ ਸ਼ਰਨ ਗਈ ਪ੍ਰਾਪਤ ਹੁੰਦੀ ਹੈ। ਚਰਨ ਕਮਲ ਦਲ ਕਿਵੇਂ ਪਾਈ, ਚਰਨ ਕਮਲਾਂ ਦੀ ਇੱਕ ਦਲ ਮੈਨੇ ਪੱਤੇ ਦੀ ਵੀ ਕਿਵੇਂ ਕਿਸੇ ਤੋਂ ਪਾਈ ਜਾਂਦੀ, ਇਹਦੀ ਮਹਾਨਤਾ ਐਡੀ ਹੈ। ਪੰਜਵੀਂ ਪੌੜੀ, ਚਰਨ ਸਰਨ ਜਿਸ ਲਖਮੀ ਲੱਖ ਕਲਾ ਹੋਏ ਲਖੀ ਨਾ ਜਾਏ। ਭਾਈ ਗੁਰਦਾਸ ਕਹਿੰਦੇ ਜਿਸ ਲਖਮੀ ਦੀ ਚਰਨ ਸਰਨ ਵੇ ਲੱਖਾਂ ਕਲਾ ਆ, ਅਜਿਹੀ ਹੋ ਕੇ ਕਿਸੇ ਤੋਂ ਲਖੀ ਨਹੀਂ ਜਾਂਦੀ। ਰਿੱਧ ਸਿੱਧ ਨਿੱਧ ਸਭ ਗੋਲੀਆਂ, ਸਾਧਕ ਸਿੱਧ ਰਹਿ ਲੁਟਾਈ। ਭਾਈ ਸਾਹਿਬ ਰਿੱਧਾਂ ਸਿੱਧਾਂ ਨੌਂ ਨਿਧਾਂ ਸਾਰੀਆਂ ਗੋਲੀਆਂ ਸੇਵਕਣਾਂ ਆ, ਸਾਧਨ ਕਰਨ ਵਾਲੇ ਸਿੱਧ ਲੋਕ ਉਸੇ ਲਛਮੀ ਦੇ ਨਾਲ ਲਪਟ ਰਹੇ, ਪਰ ਮਾਇਆ ਦੇ ਦਾਸ ਚਾਰ ਵਰਨ ਛੇ ਦਰਸ਼ਨ ਜਤੀ ਸਤੀ ਨੂੰ ਨਾਥ ਨਿਭਾਈ। ਜਿਹਨੇ ਕਹਿੰਦੇ ਚਾਰੇ ਵਰਨ ਛੇ ਦਰਸ਼ਨ ਜਤੀ ਸਤੀ ਨੌ ਨਾਥ ਵੀ ਨਿਵਾਦ 'ਤੇ ਝੁਕਾ ਦਿੱਤੇ ਹੈ। ਤਿੰਨ ਲੋਕ ਚੌਦਾਂ ਭਵਨ ਜਲ ਥਲ ਮੈਂ ਜਲ ਛਲ ਨਾ ਛਾਈ। ਫਿਰ ਭਾਈ ਗੁਰਦਾਸ ਤਿੰਨਾਂ ਲੋਕਾਂ ਚੌਦਾਂ ਭਵਨਾਂ ਬ੍ਰਹਿਮੰਡਾਂ ਜਲਾਂ ਥਲਾਂ ਪ੍ਰਿਥਵੀ ਪਤਾਲਾਂ ਵਿੱਚ ਛਲ ਕਰਕੇ ਛਾਈ ਛਾਏ ਰਹੀ ਹੈ। ਗੋਲੀਆਂ ਦਾਸੀਆਂ ਟਹਿਲਣਾ, ਸਾਧਕ ਸਾਧਨਾ ਕਰਨ ਵਾਲੇ, ਕਬਲਾ ਲਛਮੀ ਕਬਲਾਪਤੀ ਵਿਸ਼ਨੂੰ, ਕਬਲਾਸਨ ਕਬਲਾਪਤੀ ਸਾਧ ਸੰਗਤ ਸਰਨਾਗਤ ਆਈ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਬਲਾਸਨ ਕਬਲਾ ਲਛਮੀ ਕਮਲਾਪਤ ਵਿਸ਼ਨੂੰ ਦੇ ਸਣੇ ਸਹਿਤ ਸਾਧ ਸੰਗਤ ਦੀ ਸ਼ਰਨ ਚ ਆਈ ਹੈ। ਪੈਰੀਂ ਪੈ ਪਾ ਖਾਕ ਹੋਏ ਆਪ ਗੋਇਨ ਆਪ ਗੁਣਾਈ। ਭਾਈ ਸਾਹਿਬ ਪੈਰੀਂ ਪੈ ਕੇ ਪੈਰਾਂ ਦੀ ਖਾਕ ਧੂੜ ਹੋ ਕੇ ਆਪਣਾ ਭਗਵਾ ਦਿੱਤਾ ਹੈ। ਗੁਰਮੁਖ ਸੁੱਖ ਫਲ ਬੜੀ ਵਡਿਆਈ, ਗੁਰਮੁਖਾਂ ਦੇ ਸੁੱਖ ਫਲ ਬਰਾਗ ਦੀ ਬੜੀ ਵਡਿਆਈ ਹੈ। ਮਾਇਆ ਨੂੰ ਵੀ ਆਪਣੇ ਚਰਨਾਂ ਦੀ ਦਾਸੀ ਕਰ ਲੈਂਦੇ ਆ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦੀ ਐਸੀ ਉੱਚੀ ਜੀਵਨੀ ਉਹਨਾਂ ਦੇ ਚਰਨਾਂ 'ਚ ਵੀ ਰੁਲਦੀ ਫਿਰਦੀ। ਪੌੜੀ ਛੇਵੀਂ, ਬਾਵਨ ਰੂਪੀ ਹੋਏ ਕਹਿ ਬਲ ਛਲ ਛਲ ਆਪ ਛਲਾਇਆ। ਬਾਵਨ ਬਾਵਨਾ ਰੂਪ ਹੋ ਕੇ ਰਾਜਾ ਬਲੀ ਨੂੰ ਛਲਦਾ, ਛਲਣ ਵਿੱਚ ਨਾ ਕਾਮਯੋਗ ਕੇ ਆਪਣੇ ਆਪ ਨੂੰ ਛਲਾ ਬੈਠਿਆ, ਆਪਣੇ ਆਪ ਨੂੰ ਛਲਾ ਲਿਆ, ਛਲ ਜਿਹੜਾ ਛਲਿਆ ਨਾ ਜਾਏ। ਕਰੋ ਢਾਈ ਤਰਤਮੰਗ ਪਿੱਛੇ ਦੇ ਵੱਡ ਪਿੰਡ ਵਧਾਇਆ। ਪਹਿਲਾਂ ਕਹਿੰਦੇ ਰਾਜੇ ਪਾਸੋਂ ਢਾਈ ਕਦਮ ਜ਼ਮੀਨ ਮੰਗੀ, ਪਿੱਛੋਂ ਵੱਡਾ ਸਰੀਰ ਵਧਾ ਲਿਆ, ਅਜਿਹਾ ਕਿ ਦੋਏ ਕਰਵਾ ਕਰ ਤਿੰਨ ਲੋ ਬਲ ਰਾਜੇ ਫਿਰ ਮਗਰ ਮਨਾਇਆ। ਫਿਰ ਦੋ ਕਦਮਾਂ 'ਚ ਤਿੰਨੇ ਲੋਕ ਮਿਲਣ ਲੱਗੇ, ਪਿੱਛੋਂ ਫਿਰ ਅੱਧੀ ਕਦਮ ਦੇ ਬਦਲੇ ਰਾਜ ਦਾ ਸਰੀਰ ਮਿਲਿਆ। ਕਿਉਂ? ਇਹ ਦਾਨ ਤੋਂ ਬਾਹਰ ਸੀ। ਸੁਰੋਂ ਗੰਗਾ ਸੁਰਗੋਂ ਚੰਗਾ ਜਾਣ ਕਹਿ ਰਾਜਪਤਾਲ ਲੋਕ ਦਾ ਪਾਇਆ, ਮਨਾਇਆ ਮੈਨੇ ਮਿਣਿਆ। ਕਰੋ ਅਲੰਘ ਕਦਮ ਪਿੰਡ ਸਰੀਰ, ਮਗਰ ਪਿੱਠ ਭਵ ਸਰੀਰ ਦਰਬਾਨ ਡਿਉੜੀ ਦੁਰਦਾਰ। ਸੁਰਗੋਂ ਚੰਗਾ ਜਾਣ ਕੇ ਰਾਜਪਤਾਲ ਲੋਕ ਦਾ ਪਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਰਾਜਾ ਬਲੀ ਨੇ ਸੁਰਗ ਨਾਲੋਂ ਪਤਾਲ ਭਾਵ ਨਿਮਰਤਾ ਧਾਰਨੀ ਦਾ ਜਿਹੜਾ ਰਾਜ ਚੰਗਾ ਜਾਣ ਕੇ ਪ੍ਰਾਪਤ ਕੀਤਾ। ਜਦੋਂ ਬਾਬਰ ਮੁੜਨ ਲੱਗਾ, ਬਲੀ ਰਾਜਾ ਕਹਿਣ ਲੱਗਾ ਕਿੱਥੇ ਜਾਣਾ, ਆਪਣਾ ਬਚਨ ਯਾਦ ਕਰਕੇ ਹੁਣ ਮੇਰੇ ਦਰਵਾਜ਼ੇ 'ਤੇ ਬੈਠ। ਬ੍ਰਹਮਾ ਵਿਸ਼ਨੂੰ ਮਹੇ ਤ੍ਰੈ ਭਗਤ ਵਿਸ਼ਲ ਦਰਬਾਨ ਸਦਾ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਵਾਰੀ ਵਾਰੀ ਸਿਰ ਪਹਿਰਾ ਦੇਣ ਵਾਲੇ ਸਦਾਉਣਾ ਪਿਆ ਭਗਤ ਵਿਸ਼ਲ ਹੋਣ ਕਰਕੇ। ਬਾਵਨ ਲੱਖ ਸੁਪਾਵਨਾ ਸਾਧ ਸੰਗਤ ਰਾਜ ਇਛ ਅਛਾਇਆ। ਬਾਵਨ ਵਰਗੇ ਲੱਖਾਂ ਪਵਿੱਤਰਾਂ ਨੇ
ਸਾਧਸੰਗਤ ਦੀ ਧੂੜੀ ਦੀ ਹਾਂਜੀ ਇੱਛਾ ਕੀਤੀ ਹੈ, ਅਛਾਇਆ ਕਿਵੇਂ ਪ੍ਰਾਪਤ ਹੋ ਜਾਏ। ਸਾਧ ਸੰਗਤ ਗੁਰ ਚਰਨ ਤੇ ਆਇਆ, ਸਾਧ ਸੰਗਤ ਅਤੇ ਸਤਿਗੁਰਾਂ ਦੇ ਚਰਨਾਂ ਨੂੰ ਧਿਆਇਆ, ਐਸੀ ਇੱਛਾ ਰੱਖ ਕੇ ਅਛਾਇਆ ਹਾਂਜੀ ਵੀ ਕਿਵੇਂ ਪ੍ਰਾਪਤ ਹੋ ਜਾਏ ਉਹਨੂੰ ਚਰਨਾਂ ਨੂੰ ਧਿਆਇਆ। ਮਗਰ ਮੈਂ ਸਰੀਰ ਦਾ ਮਗਰਲਾ ਹਿੱਸਾ, ਦੋਏ ਕਰਵਾ ਕਰ ਤਿੰਨ ਲੋਕ, ਦੋ ਕਦਮਾਂ ਵਿੱਚ ਤਿੰਨ ਲੋਕ ਮਿਲ ਲਏ, ਬਲਰਾਜ ਫਿਰ ਮਗਰ ਬਣਾਇਆ। ਫਿਰ ਬਲਰਾਜ ਨੇ ਆਪਣਾ ਸਰੀਰ ਦਾ ਮਗਰਲਾ ਹਿੱਸਾ ਜਿਹੜੀ ਕੰਡ ਸੀ ਉਹ ਬਣਾਤੀ, ਵੀ ਅੱਧਾ ਕਦਮ ਹੁਣ ਇਹ ਹੀ ਹੈ। ਜਿਹੜੇ ਧਰਤੀ ਧੱਕਿਆ ਫਿਰ ਸੁਰੋਂ ਚੰਗਾ ਜਾਣ ਕੇ ਪਤਾਲ ਦਾ ਲੋਕ ਪਾਇਆ, ਬ੍ਰਹਮਾ ਵੀ ਹਿੰਦਰਵਾਨ ਜੀ ਬਣ ਕੇ ਭਗਤ ਵਿਸ਼ਨ ਸਦਾਇਆ, ਬਾਵਨ ਲੱਖ ਸੋ ਪਾਵਨਾ। ਫਿਰ ਭਾਈ ਸਾਹਿਬ ਕਹਿੰਦੇ ਆ ਬਾਵਨ ਲੱਖ ਸੋ ਪਾਵਨ, ਬਾਵਨ ਵਰਗੇ ਸੋ ਪਾਵਨ ਮੈਨੇ ਬੜੇ ਪਵਿੱਤਰ ਲੱਖਾਂ ਹੀ ਆ ਜਿਹਨਾਂ ਨੇ ਸਾਧਸੰਗ ਧੂੜੀ ਦੀ ਇੱਛਾ ਕੀਤੀ। ਸੋ ਇੱਛਾ ਜਿਹੜੀ ਹੈ ਇੱਛਾ ਨੂੰ ਪੂਰਨ ਕਰਨ ਵਾਲੀ ਆ, ਅਛਾਇਆ ਮੈਨੇ ਸਾਰੀ ਇੱਛਾ ਨੂੰ ਪੂਰਨ ਕਰਨ ਵਾਲੀ ਹੈ। ਸੋ ਸਾਧਸੰਗ ਚਰਨਾਂ ਦੀ ਆਰਾਧਨਾ ਕੀਤੀ, ਸੱਤਵੀਂ ਕੌੜੀ ਸਹਿ ਸੁਭਾਓ ਜਮ ਦਗਨ ਕਰ ਹੋਏ, ਪ੍ਰਾਹੁਣ ਪ੍ਰਾਹੁਣ ਚਾਰੀ ਆਇਆ। ਭਾਈ ਗੁਰਦਾਸ ਕਹਿੰਦੇ ਸਹਿ ਸੁਭਾਉ ਜਿਹੜਾ ਹਜ਼ਾਰਾਂ ਭੋਜਨ ਦਾ ਜਮ ਦਗਨੀ ਰਿਖੀ ਦਾ ਨਾਮ ਹੈ, ਪ੍ਰਾਹੁਣ ਚਾਰੀ ਪ੍ਰਾਹੁਣਾ ਹੋ ਕੇ ਰੇਣਕਾ ਪਰਸਰਾਮ ਦੀ ਮਾਤਾ, ਨਖਤਮ ਮੈਨੇ ਨਖਤਰਾਇਣ ਖੱਤਰੀਆਂ ਤੋਂ ਲੈ ਜਿਹੜਾ ਸਹੱਸਰ ਬਾਹੁ ਰਾਜਾ ਜਿਹਦੀਆਂ ਹਜ਼ਾਰ ਬਾਹਾਂ ਦਾ ਬਲ ਰੱਖਣ ਵਾਲਾ ਜਮਦਗਨੀ ਨਾਮ ਦਾ ਰਿਸ਼ੀ ਉਹਦੇ ਕੋਲ ਆਇਆ। ਉਹਦਾ ਸਾਂਢੂ ਸੀ, ਪ੍ਰਾਹੁਣਾ ਬਣ ਕੇ ਉਹਦੇ ਕੋਲ ਫੌਜ ਸਮੇਤ ਆ ਗਿਆ, ਕਾਮ ਤਿੰਨ ਲਵਾ ਕੇ ਜਮਦਗਨੀ ਦਾ ਸਿਰ ਵਢਵਾਇਆ, ਲਾਲਚ ਕਰਕੇ ਕਾਮ ਤਿੰਨ ਗਊ ਜਿਹੜੀ ਰਿਸ਼ੀ ਦੇ ਕੋਲ ਸੀ ਮੰਗ ਲਈ, ਜਦੋਂ ਨਾ ਦਿੱਤੀ ਨਾ ਮਿਲੀ ਫਿਰ ਜਮਦਗਨੀ ਦਾ ਸਿਰ ਵਢਵਾ ਦਿੱਤਾ। ਪਿੱਠ ਦੀ ਸੁਣ ਕੇ ਰੇਣਕਾ ਪਰਸਰਾਮ ਧਾਈ ਕਰਤਾ ਆ, ਹੁਣ ਪਰਸਰਾਮ ਦੀ ਮਾਂ ਦਾ ਨਾਂ ਸੀ ਰੇਣਕਾ, ਉਹ ਵਿਧਵਾ ਹੋਣ ਕਰਕੇ ਪਿੱਟਣ ਲੱਗੀ। ਪਰਸਰਾਮ ਸੁਣਦਾ ਸੀ ਦੌੜ ਕੇ ਆ ਗਿਆ, ਉਹਦਾ ਪੁੱਤਰ ਜਿਹੜਾ ਸੀ ਤਾਇਆ ਮੈਨੇ ਦੌੜ ਕੇ ਧਾਈ ਕਰਤਾ ਆ, ਦੌੜਾ ਹੀ ਦੌੜਾਇਆ ਧਾਵਾ ਕਰਕੇ। ਇੱਕ ਹੀ ਵਾਰ ਕਰੋਧ ਕਰ ਖੱਤਰੀ ਮਾਰ ਨਖੱਤਰ ਗਵਾਇਆ, ਉਸਨੇ ਫਿਰ ਪਰਸਰਾਮ ਨੇ 21 ਵਾਰੀ ਕ੍ਰੋਧ ਕਰਕੇ ਖੱਤਰੀ ਨੂੰ ਮਾਰ ਕੇ ਨਿਖਤਰਾਇਣ ਕਰ ਦਿੱਤਾ, ਲੇਕਿਨ ਹੋਮੇ ਨੂੰ ਨਾ ਮਾਰ ਸਕਿਆ। ਚਾਰਨ ਸਰਨ ਫੜ ਉੱਭਰੇ, ਦੂਜਿਆਂ ਕਿਸੇ ਨੇ ਖੜ ਗੋਚਾਇਆ। ਭਾਈ ਗੁਰਦਾਸ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਚਰਨਾਂ ਦੀ ਸ਼ਰਨ ਫੜੀ ਹੈ ਉਹ ਬਚੇ। ਸ਼੍ਰੀ ਰਾਮ ਚੰਦਰ ਪਰਿਵਾਰ ਸਮੇਤ ਪਰਮੇਸ਼ਰ ਭਗਤ ਹੋਣ ਕਰਕੇ ਪਰਸਰਾਮ ਤੋਂ ਬਚ ਗਏ। ਦੂਜਾ ਕਿਸੇ ਨੇ ਖੜਗ ਉਠਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਐਸੇ ਜਾਨਕ ਭਗਤ ਹੋਰ ਪਰਮਾਤਮਾ ਦੇ ਸ਼ਰਨਾਵਤ ਹੋਰ ਕਿਸੇ ਨੇ ਉਸ ਕਾਤਲ ਦੇ ਸਾਹਮਣੇ ਤਲਵਾਰ ਉੱਚੀ ਨਹੀਂ ਸੀ ਕੀਤੀ। ਚਰਨ ਸਰਨ ਫੜ ਉੱਭਰੇ, ਜਿਹਨੇ ਚਰਨ ਫੜੀ ਨਾ ਕਾਹਦੀ ਉੱਭਰੇ ਬਚ ਗਏ। ਦੂਜੇ ਕਿਸੇ ਨੇ ਉਹਦੇ ਸਾਹਮਣੇ ਉੱਚੀ ਕਰਕੇ ਖੜਗ ਨਹੀਂ ਚੱਕੀ, ਸਾਰੇ ਉਹਨੂੰ ਮਾਰ ਦਿੱਤੇ। ਹੋਮੇ ਮਾਰ ਨਾ ਸਕੀਆ, ਚਿਰੰਜੀਵ ਹੋਏ ਆਪ ਬਣਾਇਆ। ਭਾਈ ਗੁਰਦਾਸ ਕਹਿੰਦੇ ਐਡਾ ਸੂਰਮਾ ਹੋ ਕੇ ਪਰਸਰਾਮ ਹੋਮੇ ਨੂੰ ਨਾ ਮਾਰ ਸਕਿਆ, ਵੱਡੀ ਉਮਰਾਂ ਹੋ ਕੇ ਆਪੇ ਦਾ ਹੰਕਾਰ ਹੀ ਕਰਦਾ ਰਿਹਾ, ਆਪ ਜਣਾ ਆਪਣੇ ਆਪ ਨੂੰ ਜਣਾਉਂਦਾ ਰਿਹਾ। ਚਰਨ ਕਮਲ ਮਕਰੰਦ ਨਾ ਪਾਇਆ, ਨਖੱਤਰਵੇਂ ਖੱਤਰੀਆਂ ਤੋਂ ਪ੍ਰਿਥਵੀ ਖਾਲੀ ਕਰ ਦਿੱਤੀ, ਭਾਵ ਮਾਰ ਦਿੱਤੇ। ਚਰਨ ਕਮਲਾਂ ਦਾ ਮਕਰੰਦ ਰਸ ਜਿਹੜਾ ਸੀ ਉਹ ਨਾ ਪਾਇਆ, ਹੋਮੇ 'ਚ ਦੁਖੀ ਰਿਹਾ। ਅੱਠਵੀਂ ਪੌੜੀ ਰੰਗ ਮਹਿਲ ਰੰਗ ਰਾਗ ਵਿੱਚ ਦਸਰਥ ਕੌਸਲਿਆ ਰਲੀ ਅਲੇ,
ਰੰਗ ਮਹਿਲ ਰਣਵਾਸ ਰਿਆਲੇ ਗਰਭਵਤੀ ਹੋਏ। ਦਰਸ਼ ਦੇ ਰਣਵਾਸ ਵਿੱਚ ਵੱਡੇ ਵੱਡੇ ਰਾਗਰਾ ਹੁੰਦੇ ਸੀ। ਜਿਹੜੀ ਮਾਤਾ ਕੁਸ਼ਲਿਆ ਪਟਰਾਣੀ ਸੀ ਉਹ ਗਰਭਵਤੀ ਹੋਈ। ਮਤਾਂ ਮਤਾਂ ਨਾਲ ਵਿੱਚ ਚਾਏ ਜੀ ਲੇ ਖਰੇ ਸਵਾਲੇ, ਉਹ ਆਪਣੇ ਆਪ ਵਿੱਚ ਮਤਾਂ ਮਤਾਏ ਸਲਾਹ ਕਰਨ ਲੱਗੇ। ਚਾਓ ਭਰਿਓ ਬੜੇ ਖਰੇ ਔਰ ਸੁਖੀ ਹੋਏ, ਸੁਖਾਲੇ ਮੈਨੇ ਸੁਖੀ ਹੋਏ। ਮਤਾਂ ਮਤਾਂ ਸਲਾਹ ਕਰਨ ਲੱਗੇ, ਚਾਏ ਚੀਲੇ ਖੁਸ਼ੀ ਦੇ ਨਾਲ, ਚਾਏ ਚੀਲੇ ਖਰੇ ਸਖਾਲੇ ਬੜੀਆਂ ਖੁਸ਼ੀਆਂ 'ਚ ਮਸਤ ਹੋ ਕੇ, ਚਾਏ ਚੀਲੇ ਖਰੇ ਸਖਾਲੇ ਖਰੇ ਸੁਖੀ ਹੋਏ। ਕਾਰਾ ਸਾਡੇ ਪੁੱਤ ਹੋਏ ਨਾਓ ਕੇ ਧਰੀਏ ਬਾਲਕ ਵਾਲੇ, ਕਹਿਣ ਲੱਗੇ ਜੇ ਸਾਡੇ ਪੁੱਤਰ ਹੋਵੇ ਅਸੀਂ ਬਾਲਕ ਦਾ ਨਾਂ ਕੀ ਧਰੀਏ ਰੱਖੀਏ। ਬਾਲਕ ਦਾ ਨਾਂ ਕੀ ਰੱਖੀਏ, ਨਾ ਉਹ ਕੇ ਧਰੀਏ ਬਾਲਕ ਬਾਲੇ। ਬਾਲੇ ਮੈਨੇ ਸੰਬੋਧਨ ਕਰਕੇ, ਹੇ ਬਾਲੇ ਮੈਨੇ ਇਸਤਰੀ, ਇਹ ਬਾਲਕ ਦਾ ਕੀ ਨਾਂ ਰੱਖੀਏ। ਰਾਮ ਚੰਦ ਨੂੰ ਲੈਂਦਿਆਂ ਤਿੰਨ ਹੱਤਿਆ ਅਤੇ ਹੋਏ ਨਿਰਾਲੇ। ਇਸਤਰੀ ਕਹਿਣ ਲੱਗੀ ਐਸਾ ਨਾਮ ਰੱਖੋ ਪਰਮਾਤਮਾ ਦਾ ਜਿਹਨਾਂ ਸਾਡੇ ਪਾਪ ਧੋਤੇ ਜਾਣ, ਜਿਹਦਾ ਨਾਂ ਲੈਂਦਿਆਂ ਹੱਤਿਆ ਤੋਂ ਨਿਰਮਲ ਹੋ ਜਾਈਏ, ਨਿਰਾਲੇ ਹੋ ਜਾਈਏ। ਨਿਰਾਲੇ ਨਿਰਮਲ ਹੋ ਜਾਈਏ। ਰਾਮ ਰਾਜ ਪ੍ਰਵਾਨ ਜਗ ਸੱਤ ਸੰਤੋਖ ਧਰਮ ਰਖਵਾਲੇ। ਰਾਮ ਦਾ ਰਾਜ ਜਗ ਵਿੱਚ ਪ੍ਰਵਾਨ ਹੋਇਆ ਕਿਉਂਕਿ ਰਾਮ ਜੀ ਸੱਤ ਸੰਤੋਖ ਦਾ ਧਰਮ ਦੇ ਰਖਵਾਲੇ ਹੋ ਕੇ ਰਾਜ ਕਰਦੇ ਸਨ। ਮਾਇਆ ਵਿੱਚ ਉਦਾਸ ਹੋਏ ਸੁਣੇ ਪੁਰਾਣ ਵਿਸ਼ੇਸ਼ ਬਹਾਲੇ। ਮਾਇਆ 'ਚ ਉਦਾਸ ਹੋ ਕੇ ਨਿਮਰਤਾ ਧਾਰੀ ਵਿਸ਼ੇਸ਼ ਗੁਰੂ ਦੇ ਪਾਸ ਬਹਾਲ ਕੇ ਕਥਾ ਵਾਰਤਾ ਜਿਹੜੀ ਪ੍ਰਾਰਥਨ ਕਰਦਾ ਸੀ ਪੁਰਾਣ ਮਹੀਨੇ ਪੁਰਾਣੇ ਉਹ ਨਿਮਰਤਾ ਨਾਲ ਸੁਣਦੇ ਸੀ। ਰਮਾਇਣ ਵਰਤਾਇਆ ਸਿਲਾ ਤਰੀ ਪੱਗ ਸ਼ੋਹਿਤ ਉਤਕਾਲੇ। ਫਿਰ ਸੰਸਾਰ 'ਚ ਪ੍ਰਚਾਰ ਕੀਤਾ ਕਿ ਪਰਮੇਸ਼ਰ ਸਾਰਿਆਂ ਦਾ ਆਸਰਾ ਆ। ਸੇਲਾ ਤਰੀ ਪੱਗ ਸ਼ੋਹਿਤ ਉਤਕਾਲੇ, ਇਹਨਾਂ ਦੇ ਪੈਰਾਂ ਲੱਗ ਕੇ ਸੇਲਾ ਜਿਹੜੀ ਸੀ ਉਹ ਤਰ ਗਈ, ਹਾਲਿਆ ਜਿਹੜੀ ਸੀ ਉਹਦੀ ਕਲਿਆਣ ਹੋ ਗਈ। ਰਮਾਇਣ ਵਰਤਾਇਆ ਰਾਮ ਆਣ ਪਰਮੇਸ਼ਰ ਦਾ ਘਰ, ਪਰਮੇਸ਼ਰ ਦਾ ਆਸਰਾ। ਸੰਸਾਰ 'ਚ ਉਹ ਪ੍ਰਜਾ ਕਿਹਾ ਪਰਮੇਸ਼ਰ ਸਭ ਦਾ ਆਸਰਾ। ਇਸ ਭਗਤੀ ਕਰਕੇ ਇਹਨਾਂ ਦੇ ਚਰਨਾਂ ਨਾਲ ਲੱਗ ਕੇ ਸੇਲਾ ਜਿਹੜੀ ਸੀ ਉਹ ਤਰ ਗਈ। ਸਾਧ ਸੰਗਤ ਭਗ ਧੂੜ ਸੁਖਾਲੇ। ਰਾਮਦਾਨ ਕਰ ਪਰਮੇਸ਼ਰ ਦਾ ਆਸਰਾ। ਰਾਮਚੰਦਰ ਜੀ ਸਾਧ ਸੰਗਤ ਦੇ ਪੈਰਾਂ ਦੀ ਧੂੜ ਨੂੰ ਮੰਗਦੇ ਹੈ। ਜੈ ਸਾਹਿਬ ਬਣ 'ਚ ਜਾ ਕੇ ਤਪੀਆਂ ਦੇ ਚਰਨ ਧੋਂਦੇ ਰਹੇ ਆ। ਨੌਵਾਂ ਕ੍ਰਿਸ਼ਨ ਦੇ ਅਵਤਾਰ ਜਗ ਮਹਿਮਾ, ਦਸਵੇਂ ਸਕੰਧ ਵਿਖਾਣ। ਕ੍ਰਿਸ਼ਨ ਜੀ ਨੇ ਸੰਸਾਰ 'ਚ ਬਾਸ ਦੇ ਦੇਵਕੀ ਦੇ ਘਰ 'ਚ ਅਵਤਾਰ ਧਾਰਿਆ। ਭਾਗਵਤ ਪੁਰਾਣ ਦੇ ਦਸਵੇਂ ਸਕੰਧ ਪੁਰਬ ਵਿੱਚ ਕਥਾ ਮਹਿਮਾ ਲਿਖੀ ਹੈ, ਵਿਖਾਣੇ ਮੈਨੇ ਕਥਨ ਕੀਤੀ। ਲੀਲਾ ਚਲਦਾ ਅਚਰਜ ਕਰ ਯੋਗ ਭੋਗ ਰਸ ਰਲੀਆਂ ਮਨ। ਅਚਾਰਜ ਕੌਤਕਾਂ ਚਰਿੱਤਰ ਕਰਕੇ ਯੋਗ ਭੋਗ ਆਨੰਦ ਖੁਸ਼ੀਆਂ ਨੂੰ ਉਹਨਾਂ ਨੇ ਮਾਣਿਆ। ਮਹਾਂਭਾਰਤ ਕਰਵਾਇਆ ਕੈਰੋ ਪਾਂਡਵ ਕਰ ਹੈਰਾਨ। ਫਿਰ ਕੈਰੋ ਪਾਂਡਵ ਅਚਾਰਜ ਕੌਤਕ ਕਰਕੇ ਕੈਰੋ ਪਾਂਡਵਾਂ ਦਾ ਬੜਾ ਭਾਰੀ ਸੰਗਰਾਮ ਕਰਕੇ ਉਹਨਾਂ ਨੂੰ ਹੈਰਾਨ ਕਰਤਾ ਯੁੱਧ ਕਰਾ ਕੇ। ਇੰਦਰਾਦਕ ਬ੍ਰਹਮ ਮਾਦਕਾਂ ਬ੍ਰਹਮ ਮਹਿਮਾ ਬਿਤ ਮਰਜਾ ਨ ਜਾਣੇ। ਕ੍ਰਿਸ਼ਨ ਪਾਤਸ਼ਾਹ ਦੀ ਇਹ ਗੱਲ ਦਾ ਭਰੋਸਾ, ਇੰਦਰ ਬ੍ਰਹਮਾਦਕ ਮਹਿਮਾ ਦੀ ਬਿਤ ਮਰਜਾ ਦਾ ਨਹੀਂ ਜਾਣਦੇ। ਭਾਈ ਸਾਹਿਬ ਦੱਸਦੇ ਆ, ਬੇਲੀਆਂ ਟਹਿਲਾਂ ਵੰਡ ਕੇ ਜਗ ਰਾਜਸੂ ਰਾਜੇ ਰਾਣੇ। ਜਦੋਂ ਚਰਿਸ਼ਟਰ ਨੇ ਰਾਜਸੂ ਜਾ ਕੀਤਾ ਅਤੇ ਰਾਜੇ ਰਾਣੇ ਨੂੰ ਫਿਰ ਸੇਵਾ ਮਿਲਣ ਲੱਗੀਆਂ। ਟਹਿਲਾਂ ਮੈਨੇ ਸੇਵਾ, ਮਹਾਂਭਾਰਤ ਵੱਡਾ ਯੁੱਧ ਰਲੀਆਂ ਰਸ ਰਲੀਆਂ ਮੈਨੇ ਆਨੰਦ ਖੁਸ਼ੀਆਂ। ਮੰਗਲੇ ਹਰ ਟਹਿਲ ਇਹੋ ਪੈਰ ਧੋਏ ਚਰਨ ਉਦਕ ਮਾਣੇ। ਕ੍ਰਿਸ਼ਨ ਜੀ ਨੇ ਇਹ ਟਹਿਲ ਮੰਗ ਲਈ ਕਿ ਮੈਂ ਆਏ ਮਹਾਤਮਾ ਦੇ ਸੰਗਤਾਂ ਦੇ ਚਰਨ ਧੋ ਵਿੱਚ ਚਰਨ ਉਦਕ ਦੀ ਮੌਜ ਲਵਾਂਗਾ, ਮੌਜ ਨੂੰ ਮਾਣਾਂਗਾ। ਸਾਧ ਸੰਗੁਰ ਸ਼ਬਦ ਸੁਣਾਉਣੇ। ਇਹ ਨਿਮਰਤਾ ਦੇ ਪ੍ਰਤਾਪ ਕਰਕੇ ਸਾਧ ਸੰਗਤ ਗੁਰੂ ਦੇ ਸ਼ਬਦ ਨੂੰ ਪਛਾਣ ਲਈਏ।
ਇਹਦੇ ਪਛਾਣ ਆਉਂਦੀ ਹੈ ਮਰਜ਼ਾਦਾ ਮੈਨੇ ਮਰਜ਼ਾਦਾ ਹੱਦ। ਦਸਵੀਂ ਪੌੜੀ ਮਸ਼ਰੂਪ ਅਵਤਾਰ ਧਾਰ ਪੁਰਖਾਰਥ ਕਰ ਵੇਦ ਵਧਾਰੇ ਪੁਰਖਾਰਥ ਮਨ ਯਤਨ ਕਰਕੇ ਵਿਸ਼ਨੂੰ ਨੇ ਮਸ਼ ਦਾ ਰੂਪ ਧਾਰ ਕੇ ਮਿਹਨਤ ਕਰਕੇ ਵੇਦਾਂ ਦਾ ਉਧਾਰ ਕੀਤਾ। ਪੁਰਖਾਰਥ ਮਨ ਯਤਨ ਕਰਕੇ ਮਿਹਨਤ ਕਰਕੇ ਕਸ਼ ਰੂਪ ਹੋਏ ਅਵਤਰੇ ਸਾਗਰ ਮੱਥ ਜਾਗ ਰਤਨ ਪਸਾਰੇ। ਫਿਰ ਕਸ਼ ਰੂਪ ਧਾਰ ਕੇ ਸਮੁੰਦਰ ਨੂੰ ਲਟਕਿਆ ਸੰਸਾਰ 14 ਰਤਨ ਪਸਾਰੇ ਆ। ਤੀਜਾ ਕਰ ਬਹਿਰਾ ਰੂਪ ਧਰਤ ਉਧਾਰੀ ਦੈਂਤ ਸੰਘਾਰੇ। ਤੀਜਾ ਫਿਰ ਬਰਾ ਸੂਰ ਦਾ ਰੂਪ ਧਾਰ ਕੇ ਧਰਤੀ ਦੀ ਰੱਖਿਆ ਕੀਤੀ ਦੈਂਤਾਂ ਨੂੰ ਮਾਰਿਆ ਸੰਘਾਰਨਾ ਮੈਨੇ ਮਾਰਨਾ। ਚੌਥਾ ਕਰ ਨਰਸਿੰਘ ਰੂਪ ਅਸੁਰ ਮਾਰ ਪ੍ਰਹਿਲਾਦ ਵਾਰੇ। ਚੌਥਾ ਫਿਰ ਨਰਸਿੰਘ ਦਾ ਰੂਪ ਧਾਰ ਕੇ ਰਾਕਸ਼ਾਂ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਵਾਰਿਆ ਮੈਨੇ ਬਚਾਇਆ। ਬਹਿਰਾ ਮੈਨੇ ਸੂਕਰ ਰੂਪ ਅਸੁਰ ਦੈਂਤ ਲੂੰ ਮੈਨੇ ਰੂਮ ਸੰਜਾਰੇ ਮੈਨੇ ਸਮਾਏ ਹੋਏ ਪੁਰਖਾਰਥ ਮੈਨੇ ਯਤਨ। ਇੱਕ ਸਹਿ ਹੀ ਬ੍ਰਹਿਮੰਡ ਵਿੱਚ 10 ਅਵਤਾਰ ਲਏ ਅਹੰਕਾਰ ਇਹੋ ਜਿਹਾ। ਭਾਈ ਸਾਹਿਬ ਕਹਿੰਦੇ ਇੱਕੋ ਬ੍ਰਹਿਮੰਡ ਵਿੱਚ 10 ਅਵਤਾਰ ਅਹੰਕਾਰ ਨਾਲ ਲਏ ਆ। ਕਰ ਬ੍ਰਹਿਮੰਡ ਕਰੋੜ ਜਿਹਨ ਲੂੰ ਲੂੰ ਅੰਦਰ ਸੰਜਾਰੇ। ਭਾਈ ਸਾਹਿਬ ਕਹਿੰਦੇ ਆ ਜਿਸ ਮਾਲਕ ਨੇ ਅਸੀਂ ਕਰੋੜਾਂ ਬ੍ਰਹਿਮੰਡ ਇੱਕ ਇੱਕ ਰੂਮ ਵਿੱਚ ਸੰਜਾਰੇ ਸੰਜਰੇ ਹੋਏ ਆ ਸਮਾਏ ਹੋਏ ਆ। ਲੱਖ ਕਰੋੜ ਵੇਖਿਆ ਓਂਕਾਰ ਆਕਾਰ ਸਵਾਰੇ। ਭਾਈ ਸਾਹਿਬ ਇਹੋ ਜਿਹਾ ਸਰੂਪ ਓਂਕਾਰ ਪਰਮਾਤਮਾ ਲੱਖਾਂ ਕਰੋੜਾਂ ਸਵਾਰ ਛੱਡੇ ਆ। ਚਰਨ ਕਮਲ ਕੋਲ ਅਗਮ ਪਾਰੇ ਸਤਿਗੁਰਾਂ ਚਰਨ ਕਮਲ ਅਗਾਮਾ ਪਾਰਿਆ ਜਿਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਹੈ। ਗਿਆਰਵੀਂ ਪੌੜੀ ਸ਼ਾਸਤਰ ਵੇਦ ਪੁਰਾਣ ਸਭ ਸੁਣ ਸੁਣ ਆਖਣ ਆਖ ਸੁਣ। ਭਾਈ ਸਾਹਿਬ ਕਹਿੰਦੇ ਆ 6 ਸ਼ਾਸਤਰ ਆ 4 ਵੇਦ ਆ 18 ਪੁਰਾਣ ਔਰ ਸਾਰੇ ਬੁੱਧੀਮਾਨ ਸੁਣ ਸੁਣ ਕੇ ਕਥਾ ਪ੍ਰਸੰਗਾਂ ਦਾ ਵਿਖਿਆਨ ਕਰ ਰਹੇ ਆ। ਰਾਗ ਨਾਲ ਸੰਗੀਤ ਲਖ ਅਨਹਤ ਧੁਨ ਸੁਣ ਗੁਣ ਗਾਵੇ। ਕਿ ਕਈ ਰਾਗੀ ਲੋਕ ਆ ਰਾਗਾਂ ਦੇ ਸ਼ਬਦ ਕਰਕੇ ਕਈ ਸੰਗੀਤ ਧਰੁਪਤ ਸਰਗਮਾਂ ਦੇ ਤਰਾਨਿਆਂ ਵਿੱਚ ਇੱਕ ਇੱਕ ਰਸ ਧੁਨੀ ਨਾਲ ਗੁਣਾਂ ਦਾ ਅਨੁਵਾਦ ਕਰਦੇ ਆ ਗੁਣ ਗਾਉਂਦੇ ਆ। ਸੇਸ ਨਾਗ ਲਖ ਲੂਮਸਾ ਅਭਗਤ ਅਭਗਤ ਗਤ ਅੰਦਰ ਲਿਵਲਾਵੇ। ਲੱਖਾਂ ਸ਼ੇਸ਼ ਨਾਗ ਲੱਖਾਂ ਲੂਮ ਸ਼੍ਰੀ ਸ਼੍ਰੀ ਅਵਗਤ ਅਕਾਲ ਪੁਰਖ ਪਰਮਾਤਮਾ ਦੀ ਗਤੀ ਗਿਆਨ ਵਿੱਚ ਲਿਵ ਲਾਉਂਦੇ ਆ। ਬ੍ਰਹਮੇ ਵਿਸ਼ਨੂੰ ਮਹੇਸ਼ ਲਖ ਗਿਆਨ ਧਿਆਨ ਤਿਲੰਤ ਨਾ ਪਾਵੇ। ਲੱਖਾਂ ਬ੍ਰਹਮੇ ਵਿਸ਼ਨੂੰ ਸ਼ਿਵ ਲੱਖਾਂ ਗਿਆਨ ਧਿਆਨ ਦਾ ਤਿਲ ਥੋੜ੍ਹਾ ਮਾਤਰ ਵੀ ਅੰਤ ਨਹੀਂ ਪਾ ਸਕਦੇ। ਦੇਵੀ ਦੇਵ ਸਰੇਵ ਦੇ ਅਲੱਖ ਭੇਵ ਨੂੰ ਸੇਵ ਪਜਾਵੇ। ਦੇਵੀਆਂ ਦੇਵਤੇ ਅਲੱਖ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਸੇਵਾ ਕਰਕੇ ਉਹਨੂੰ ਪਹੁੰਚ ਨਹੀਂ ਸਕਦੇ। ਗੋਰਖ ਨਾਥ ਨਾਥ ਮਛਿੰਦਰ ਲੱਖ ਸਾਧਕ ਸਿੱਧ ਨੇਤ ਕਰ ਤਿਆਵੇ। ਲੱਖਾਂ ਗੋਰਖ ਨਾਥ ਲੱਖਾਂ ਮਛਿੰਦਰ ਲੱਖਾਂ ਸਾਧਕ ਲੱਖਾਂ ਸਿੱਧ ਨੇਤ ਨੇਤ ਕਰਕੇ ਹਾਂਜੀ ਉਹਨੂੰ ਧਿਆਉਂਦੇ ਆ ਉਹਦਾ ਚਿੰਤਨ ਕਰਦੇ ਆ। ਦੇਵੀ ਦੇਵ ਸਰੇਵ ਦੀ ਸੇਵਾ ਕਰਦੇ ਅਲੱਖ ਅਭੇਵ ਦਾ ਉਹ ਅਲੱਖ ਆ ਭੇਵ ਆ ਉਹਦਾ ਭੇਦ ਨਹੀਂ ਪਾਇਆ ਜਾਂਦਾ ਨਾ ਸੇਵ ਪਜਾਵੇ। ਅਭੇਵ ਜੀ ਦਾ ਭੇਦ ਨਾ ਪਾਇਆ ਜਾਏ ਭੇਦ ਨਹੀਂ ਪਾ ਸਕਦਾ ਸੇਵਾ ਕਰਕੇ ਉਹਦੀ ਉਹਨੂੰ ਪਹੁੰਚ ਨਹੀਂ ਸਕਦੇ ਪਜਾਵੇ ਪਹੁੰਚ ਨਹੀਂ ਸਕਦੇ। ਗੋਰਖ ਨਾ ਮਛਿੰਦਰ ਲੱਖ ਸਾਧਕ ਸਿੱਧ ਨੇਤ ਨੇਤ ਕਰਦਾ। ਗੋਰਖ ਆ ਨਾਥ ਆ ਮਛਿੰਦਰ ਲੱਖਾਂ ਹੀ ਸਾਧਕ ਆ ਸਿੱਧ ਆ ਨੇਤੀ ਨੇਤ ਕਰਕੇ ਉਹਨੂੰ ਧਿਆਉਂਦੇ ਆ। ਚਰਨ ਕਮਲ ਗੁਰ ਅਗਮ ਅਲਾਵੈ ਇਹੀ ਕਹਿੰਦੇ ਆ ਕਿ ਸਤਿਗੁਰੂ ਦੇ ਚਰਨ ਜਿਹੜੇ ਅਗਮ ਆ। ਬਾਰਵੀਂ ਪੌੜੀ ਮੱਥੇ ਤਿਵੜੀ ਬਾਹਮਣ ਸੋਹੇ ਆਏ ਮਸਲਤ ਫੇਰੀ। ਹੁਣ ਭਾਈ ਗੁਰਦਾਸ ਦੱਸ ਰਿਹਾ ਭਾਈ ਮੱਥੇ ਤਿਵੜੀ ਬਾਹਮਣ ਮੱਥੇ ਦੀ ਤਿਊੜੀ ਵਾਲਾ ਬ੍ਰਾਹਮਣ ਜੇ ਸਾਹਮਣੇ ਮਿਲ ਜਾਏ ਲੋਕ ਫਿਰ ਸਲਾਹ ਫੇਰ ਲੈਂਦੇ ਭਾਵ ਤੁਰਨ ਤੋਂ ਹਟ ਜਾਂਦੇ ਕਿ ਅਪਸਗਨ ਉਹਨੂੰ ਮੰਨਦੇ ਆ। ਮਸਲ ਤਾਂ ਮੈਨੇ ਸਲਾਹ ਬਦਲਣੀ ਕੰਮ ਵਿਗੜ ਜਾਊਗਾ ਵਹਿਮ ਕਰਦੇ
ਸਿਰ ਉੱਚਾ ਹੰਕਾਰ ਕਰ ਬਲ ਦੇ ਪੱਗ ਬੁਲਾਏ ਡੋਰੀ ਡੇਰੀ। ਫਿਰ ਸਿਰ ਹੰਕਾਰ ਕਰਕੇ ਉੱਚਾ ਰੱਸੇ ਵਾਂਗੂ ਬਾਟਾ ਚੜ੍ਹ ਕੇ ਬਿੰਗੀ ਪੱਗ ਬੰਨਦਾ ਬੁਲਾ ਕੇ ਡੇਰੀ ਡੇਰੀ ਮੈਨੇ ਬਿੰਗੀ। ਅੱਖੀਂ ਮੋਲ ਨਾ ਪੂਜੀਆਂ ਬੁਲਾਏ ਮੈਨੇ ਹੁੰਦਾ ਹਾਂਜੀ ਬਾਟਾ ਚਾੜ ਕੇ ਅੱਖੀਂ ਮੁੱਲ ਨਾ ਪੂਜਣ ਕਰ ਕਰ ਵੇਖਣ ਮੇਰੀ ਤੇਰੀ। ਅੱਖਾਂ ਮੂਲ ਨਹੀਂ ਪੂਜੀਆਂ ਜਾਣੀਆਂ ਕਿਉਂਕਿ ਮੇਰੀ ਤੇਰੀ ਦਵੈਸ਼ ਨਾ ਦੇਖਦੀਆਂ। ਨੱਕ ਨਾ ਕੋਈ ਪੂਜਦਾ ਖਾਏ ਮਰੋੜੀ ਮੜੀ ਮਣੀ ਸੁਨੇਰੀ। ਇਸ ਤਰ੍ਹਾਂ ਜਿਹੜਾ ਨੱਕ ਹੈ ਆਪ ਤੋਂ ਨੀਵੇਂ ਨੂੰ ਵੇਖ ਕੇ ਮਰੋੜੀ ਚਾੜਦਾ ਉਸ ਵਿੱਚ ਮੈਂ ਦੀ ਮਣੀ ਘਣੀ ਬੜੀ ਹੋਈ। ਮਣੀ ਮੈਨੇ ਮਨੌਤ ਘਣੀ ਬਹੁਤ ਮਨੌਤ ਧਾਰੀ ਹੋਈ। ਉੱਚੇ ਕੰਨ ਪੂਜਣ ਉਸ ਤੋਂ ਨਿੰਦਾ ਭਲੀ ਭਲੇਰੀ। ਇਸ ਤਰ੍ਹਾਂ ਭਾਈ ਕੰਨ ਆ ਉੱਚੇ ਕੰਨ ਵੀ ਨਹੀਂ ਪੂਜੇ ਜਾਂਦੇ ਕਿਉਂਕਿ ਲੋਕਾਂ ਦੀ ਉਸ ਤੋਂ ਨਿੰਦਾ ਭਲੀਆਂ ਬੁਰੀਆਂ ਗੱਲਾਂ ਸੁਣਦੇ ਰਹਿੰਦੇ ਆ। ਭਲੀ ਭਲੇਰੀ ਭਲੀ ਬੁਰੀ ਬੋਲੋ ਜੀਵਨਾ ਪੂਜੀ ਹੈ ਰਸ ਕਸ ਬਹੁ ਚੱਖੀ ਦੰਦ ਘੇਰੀ ਘੇਰੀ ਮੈਨੇ ਕਰਕੇ ਭਾਈ ਸਾਹਿਬ ਕਹਿੰਦੇ ਆ ਕਿ ਜੀਵ ਵੀ ਇਸ ਵਾਸਤੇ ਨਹੀਂ ਪੂਜੀ ਜਾਂਦੀ ਇਹ ਵੀ ਬਹੁਤ ਬੜਬੜ ਕਰਦੀ ਹੈ। ਦੂਸਰਾ ਬਹੁਤੇ ਰਸਾਂ ਕਾ ਸਵਾਦ ਲੈਣ ਲਈ ਦੰਦਾਂ ਘੇਰੀ ਰਹਿੰਦੀ ਹੈ। ਨੀਵੇਂ ਚੰਨ ਪੂਜ ਹੱਥ ਪੇਰੀ ਭਾਈ ਸਾਹਿਬ ਕਹਿੰਦੇ ਜਿਹੜੇ ਨੀਵੇਂ ਚੰਨ ਇਸ ਲਈ ਹੱਥਾਂ ਨਾਲ ਪੂਜੀ ਦੇ ਕਿਉਂਕਿ ਨਿਮਰਤਾ ਹਸ ਅਖਾਜ ਗੁਮਾਨ ਕਰ ਸੀ ਉਹ ਸਤਾਣਾ ਕੋਈ ਨਾ ਖਾਈ। ਹਾਥੀ ਦਾ ਮਾਸ ਪਵਿੱਤਰ ਹੈ ਇਸ ਵਾਸਤੇ ਇਸ 'ਚ ਗੁਮਾਨ ਬੜਾ। ਸ਼ੇਰ ਨੂੰ ਆਪਣੇ ਤਾਣ ਦਾ ਗੁਮਾਨ ਹੈ ਇਸ ਵਾਸਤੇ ਉਹਨੂੰ ਕੋਈ ਨਹੀਂ ਖਾਂਦਾ। ਹੋਏ ਨਮਾਣੀ ਬੱਕਰੀ ਦੇਣ ਦੁਨੀ ਵਡਿਆਈ ਪਾਈ। ਬੱਕਰੀ ਨਿਰਮਾਣ ਹੋਣ ਕਰਕੇ ਦੋਹਾਂ ਲੋਕਾਂ 'ਚ ਇਹਦੀ ਸੋਭਾ ਵਡਿਆਈ ਪਾਈ। ਮਰਨੇ ਪਰਨੇ ਮਨੀ ਜਗ ਭੋਗ ਪ੍ਰਵਾਨ ਕਰਾਈ। ਫਿਰ ਮਰਨੇ ਪਰਨੇ 'ਚ ਮੰਨੀ ਜਾਂਦੀ ਜਗ 'ਚ ਵੱਡੇ ਵੱਡੇ ਖਾਣਿਆਂ ਵਿਖੇ ਪ੍ਰਮਾਣ ਨਹੀਂ ਗਿਆ। ਮਾਸ ਪਵਿੱਤ ਗ੍ਰਹਿਸ ਤੋਂ ਆਉਂਦਾ ਹੋ ਤਾਰ ਵਿਚਾਰ ਵਜਾਏ। ਗ੍ਰਹਿਸਤੀਆਂ ਵਾਸਤੇ ਇਹਦਾ ਮਾਤ ਪਵਿੱਤਰ ਮੰਨਿਆ। ਆਂਦਰਾਂ ਤੋਂ ਤਾਰ ਤੰਦੀ ਬਣਦੀ ਹੈ ਜਿਹੜੇ ਵਿਚਾਰਵਾਨ ਸਾਧੂ ਵੀ ਵੱਜਦੀ ਸੁਣ ਕੇ ਮਗਨ ਹੋ ਜਾਂਦੇ ਆ। ਚਮੜੇ ਦੀਆਂ ਘਰ ਜੁੱਤੀਆਂ ਫੇਰ ਇਹਦੇ ਚਮੜੇ ਦੀਆਂ ਜੁੱਤੀਆਂ ਕਰਦੇ ਆ। ਚਮੜੇ ਦੀਆਂ ਘਰ ਜੁੱਤੀਆਂ ਭਾਈ ਕਹਿੰਦੇ ਭਾਈ ਸਾਹਿਬ ਕਹਿੰਦੇ ਚਮੜੇ ਦੀਆਂ ਨਰਮ ਜੁੱਤੀਆਂ ਬਣਾਉਂਦੇ ਆ। ਸਾਧੂ ਸਰਨ ਵਿੱਚ ਲਿਵ ਲਾਉਣ ਵਾਲੇ ਚਰਨੀ ਪਹਿਨਦੇ ਆ। ਸਾਧੂ ਚਰਨ ਸਰਨ ਲਿਵ ਲਾਏ ਚਮੜੇ ਦੀਆਂ ਘਰ ਜੁੱਤੀਆਂ ਚਮੜੇ ਦੀਆਂ ਜੁੱਤੀਆਂ ਬਣਦੀਆਂ। ਸਾਧੂ ਸਰਨ ਵਿੱਚ ਜਿਹੜੇ ਲਿਵ ਲਾਉਣ ਵਾਲੇ ਇਹਨੂੰ ਚਰਨੀ ਪਹਿਨਦੇ ਆ। ਤੂਰ ਪਖਾਵਜ ਮੜੀ ਦੇ ਕੀਰਤਨ ਸਾਧ ਸੰਗ ਸੁਖਦਾਈ। ਫਿਰ ਇਹਦੇ ਚਮੜੇ ਨਾਲ ਮਿਰਦੰਗ ਜੋੜੀਆਂ ਮੜੀਆਂ ਜਾਣੀਆਂ। ਸਾਧ ਸੰਗਤ ਵਿੱਚ ਕੀਰਤਨ ਸ਼ਬਦਾਂ ਦੀ ਜੇ ਵਰਖਾ ਦੇ ਵਿੱਚ ਸੁਖਦਾਇਕ ਹੁੰਦੇ ਆ। ਸਾਧ ਸੰਗਤ ਸੁਖਦਾਈ ਹੁੰਦੇ ਆ। ਤੂਰ ਮੈਨੇ ਮਿਰਦੰਗ ਤਾਰ ਮੈਨੇ ਤਾਰਾਂ ਭਰਣੇ ਮੈਨੇ ਵਿਆਹ ਨਿਮਾਣੀ ਮੈਨੇ ਨਿਰਮਾਣ ਸੀ ਉਹ ਸਥਾਣਾ ਬਲੀ ਸ਼ੇਰ ਅਖਾਜ ਪਵਿੱਤਰ ਹਸਤ ਹਾਥੀ ਆਂਦੋ ਆਂਦਰਾਂ ਤੋਂ। ਭਾਈ ਸਾਹਿਬ ਕਹਿੰਦੇ ਆ ਸਾਧ ਸੰਗਤ ਸਤਿਗੁਰ ਸ਼ਰਨ ਆਈ। ਸੰਗਤ ਦੀ ਸ਼ਰਨ ਆਉਣਾ ਸਤਿਗੁਰਾਂ ਦੀ ਸ਼ਰਨ ਆਉਣਾ ਇਹ ਵੱਡਾ ਆ। ਸਾਧ ਸੰਗਤ ਸਤਸੰਗ ਦੀ ਸ਼ਰਨ ਆਉਣਾ ਸਤਿਗੁਰ ਸ਼ਰਨ ਆਉਣਾ ਇਹ ਮਹਾਨ ਹੈ। ਦ੍ਰਿਸ਼ਟਾਂਤ ਇੱਕ ਅਲੰਕਾਰ ਆ। ਬੱਕਰੀ ਦਾ ਮਰਨਾ ਪਰ ਪਾਰ ਖਾਤਰ ਦੁੱਖ ਸਹਿਣ ਦਾ ਅਲੰਕਾਰ ਆ। ਹਾਥੀ ਸ਼ੇਰ ਦਾ ਬਚ ਰਹਿਣਾ ਬੱਕਰੀ ਦਾ ਮਰ ਜਾਣਾ ਮਤਲਬ ਨਹੀਂ। ਨਾ ਹੀ ਮਾਸ ਖਾਣਾ ਕਿਹੜਾ ਬੇਹਤ ਹੈ ਅਤੇ ਇਹ ਤੱਕ ਸਿਕਸ਼ਾ ਦਿੱਤੀ ਹੈ। ਪੌੜੀ 14 ਸਭ ਸਰੀਰਕ ਅਰਥ ਅਤ ਪਵਿੱਤਰ ਸੁਮਨ ਦੇਹੀ।
ਸਾਰੇ ਸਰੀਰ ਅਕਾਰਥ ਹੈ, ਵਿਅਰਥ ਹੈ, ਅਪਵਿੱਤਰ ਹੈ। ਵੱਡੀ ਪਵਿੱਤਰ ਇੱਕ ਮਨੁੱਖ ਦੇ ਆ। ਬਹੁ ਵਿਅੰਜਨ ਮਿਸ਼ਟਾਨ ਪਾਨ ਹੋਏ ਮਲ ਮੂਤਰ ਕਸੂਤਰ ਵੇ, ਕਸੂਤਰ ਮੈਨੇ ਪੈੜੇ, ਮਿਸ਼ਟਾਨ ਮਿੱਠੇ ਭੋਜਨ, ਵਿਅੰਜਨ ਮੈਨੇ ਭੋਜਨ। ਭਾਈ ਸਾਹਿਬ ਕਹਿੰਦੇ ਬਹੁਤੇ ਭੋਜਨ ਮਿੱਠੇ ਸ਼ਰਬਤ ਜਿਹੜੇ ਇਹਦੀ ਸੰਗਤ ਕਰੇ ਮੂਲ ਮੂਤਰ ਹੋ ਕੇ ਐਵੇਂ ਕਸੂਤ ਹੋ ਜਾਂਦੇ ਆ, ਭੈੜੇ ਬਣ ਜਾਂਦੇ ਆ। ਅਵੇ ਹੀ ਇਸ ਪ੍ਰਕਾਰ ਪਾਠ ਪੜੰਬਰ ਵਿਗੜਦੇ ਪਾਨ ਕਪੂਰ ਕੁਸੰਗ ਸੁਨੇਹੀ। ਪਟ ਦੇ ਰੇਸ਼ਮ ਦੇ ਕੱਪੜੇ ਪਹਿਨ ਮੈਲੇ ਹੋ ਜਾਂਦੇ ਆ, ਪਾਨਾਂ ਦੇ ਵੀੜੇ, ਦੇਹ ਦੇ ਕੁਸੰਗ ਨਾਲ ਮਿਲ ਕੇ। ਭਾਈ ਸਾਹਿਬ ਕਹਿੰਦੇ ਕੁਸੰਗ ਸੁਨੇਹੀ ਮੈਨੇ ਕੋਟੀ ਸੰਗਤ ਕਰਕੇ ਉਹ ਵੀ ਅਪਵਿੱਤਰ ਹੋ ਜਾਂਦੇ, ਵਿਗੜ ਜਾਂਦੇ ਆ। ਚੋਆ ਚੰਦਨ ਅਰਗ ਜਾ ਹੋਏ ਦੁਰਗੰਧ ਸੁਗੰਧ ਹੋ ਰਹੀ ਮੈਨੇ ਹੋ ਰਹੀ ਖੈਮ ਹੋਏ ਲੜੂ ਹੋਏ। ਭਾਈ ਸਾਹਿਬ ਕਹਿੰਦੇ ਆ ਚੋਆ ਚੰਦਨ ਅਰਗ ਜਾ ਹੋਰ ਸੁਗੰਧੀਆਂ ਵੀ ਇਹਨਾਂ ਮਿਲ ਕੇ ਦੁਰਗੰਧ ਵਾਲੀਆਂ ਹੋ ਜਾਂਦੀਆਂ, ਹੋਰ ਵੀ ਜਿਹੜੀਆਂ। ਰਾਜੇ ਰਾਜ ਕਮਾਮ ਦੇ ਪਾਤਸ਼ਾਹ ਖੈਮ ਹੋਏ ਸਵੇ ਹੀ ਪਾਸ। ਭਾਈ ਸਾਹਿਬ ਕਹਿੰਦੇ ਰਾਜੇ ਰਾਜ ਕਰਦੇ ਪਾਤਸ਼ਾਹ ਸਾਰੇ ਹੋਮੇ ਨਾਲ ਆਪੋ ਜੀ ਖਹਿ ਖਹਿ ਕੇ ਮਰਦੇ ਆ। ਸਾਧ ਸੰਗਤ ਗੁਰ ਸ਼ਰਨ ਮੈਂ ਨਿਸਫਲ ਮਾਨਸ ਦੇ ਫਿਰੇ ਹੀ ਅਵੇ ਹੀ ਮੂਏ ਸਭੇ ਹੀ ਸਭੇ ਸਾਰੇ ਸਾਧ ਸੰਗ ਗੁਰ ਸ਼ਰਨ ਬਿਨ ਸਾਧ ਸੰਗ ਗੁਰੂ ਸ਼ਰਨ ਬਿਨਾ ਨਿਸਫਲ ਮਾਨਸ ਦੇ ਅਵੇ ਹੀ। ਭਾਈ ਸਾਹਿਬ ਕਹਿੰਦੇ ਕਿ ਅਵੇ ਹੀ ਮੈਨੇ ਐਵੇਂ ਹੀ ਨਿਸਫਲਿਆ ਗੁਰੂ ਦੇ ਸ਼ਬਦ ਬਿਨਾਂ ਅਤੇ ਸਾਧ ਸੰਗਤ ਤੋਂ ਬਿਨਾਂ ਜਿਹੜੀ ਮਨੁੱਖ ਦੇ ਆ। ਚਰਨ ਸਰਨ ਮਸਕੀਨੀ ਜੇ ਹੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਲੈ ਕੇ ਜਿਹਨਾਂ ਨੇ ਮਸਕੀਨੀ ਗਰੀਬੀ ਫੜੀ ਹੈ ਉਹਨਾਂ ਦੀ ਉਹਨਾਂ ਵਰਗੀ ਸਫਲਤਾ ਕਿਸੇ ਨੂੰ ਨਹੀਂ ਮਿਲਦੀ। ਪੰਦਰਵੀਂ ਪੌੜੀ ਗੁਰਮੁਖ ਸੋ ਫਲ ਪਾਇਆ ਸਾਧ ਸੰਗਤ ਗੁਰ ਸ਼ਰਨ ਆਏ। ਭਾਈ ਸਾਹਿਬ ਦੱਸਦੇ ਆ ਕਿ ਗੁਰਮੁਖ ਸੁੱਖ ਫਲ ਪਾਇਆ, ਗੁਰਮੁਖਾਂ ਨੇ ਸੁੱਖਾਂ ਦਾ ਫਲ ਪਾਇਆ ਸਾਧ ਸੰਗਤ ਅਤੇ ਗੁਰੂ ਦੀ ਸ਼ਰਨ ਵਿੱਚ ਆਏ ਆ। ਧਰੂਮ ਪ੍ਰਹਲਾਦ ਵਖਾਣੀ ਨੇ ਅਮਰੀਕ ਬਲ ਭਗਤ ਸਵਾਏ। ਫਿਰ ਭਾਈ ਸਾਹਿਬ ਕਹਿੰਦੇ ਆ ਧਰੂਮ ਪ੍ਰਹਲਾਦ ਅਮਰੀਕ ਭਗਤ ਕਹੀਦੇ ਆ, ਬਲ ਇਹ ਸਾਰੇ ਭਗਤ ਕਹੀ ਜਾਂਦੇ, ਬਖਾਣੀ ਕਹੇ ਜਾਂਦੇ ਆ। ਸਨਕਾਦਕ ਜੈਦ ਅਲੱਗ ਬਾਲਮੀਕ ਸਤਸੰਗਤ ਰਾਏ, ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਜੈ ਦੇ ਬਾਲਮੀਕ ਸੰਸਾਰ ਵਿੱਚ ਸੰਗਤ ਨੇ ਤਾਰਿਆ। ਬੇਣ ਤਰਲੋਚਨ ਨਾਮਦੇਵ ਤੰਨਾ ਸਦਨਾ ਭਗਤ ਸਦਾਏ, ਬੇਣੀ ਤਰਲੋਚਨ ਨਾਮਦੇਵ ਤੰਨਾ ਸਦਨਾ ਇਹ ਸੰਗਤ ਦੇ ਪ੍ਰਤਾਪ ਨਾਲ ਭਗਤ ਸਦਾਉਣ ਲੱਗੇ ਆ। ਭਗਤ ਭਗਤ ਕਹੀਦਾ ਭਗਤ ਕਬੀਰ ਬਖਾਣੀਆਂ ਜਨ ਰਵਿਦਾਸ ਬਜ਼ੁਰਗ ਪਾਏ। ਫਿਰ ਕਬੀਰ ਭਗਤ ਜਨ ਰਵਿਦਾਸ ਬੇਦਰ ਗੁਰੂ ਨੂੰ ਪਾਏ ਹੈ ਸੰਗਤ ਕਰਕੇ, ਇਹ ਕਥਨ ਕੀਤੇ ਸਾਰੇ। ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਵਲ ਚਿਤਲਾਏ। ਭਾਈ ਸਾਹਿਬ ਕਹਿੰਦੇ ਇਹਨਾਂ ਵਿੱਚੋਂ ਕਈ ਨੀਵੀਂ ਜਾਤ ਵਾਲੇ, ਕਈ ਚਮਿਆਰ ਆਦਿਕ, ਪਰੰਤੂ ਉਹਨਾਂ ਨੇ ਗੁਰਮੁਖਾਂ ਦੇ ਚਰਨ ਕਮਲਾਂ ਵਿੱਚ ਚਿਤਲਾਇਆ, ਇਹਨਾਂ ਵੱਡੀਆਂ ਵਡਿਆਈਆਂ ਮਿਲੀਆਂ। ਹਉਮੈ ਮਾਰੀ ਪ੍ਰਗਟੀ ਆਏ, ਹਉਮੈ ਨੂੰ ਮਾਰੀ ਗਈ ਅਤੇ ਪ੍ਰਗਟ ਹੋ ਗਏ ਇਹ ਜਿੰਨੇ ਵੀ ਮਹਾਂਪੁਰਖ ਹੋਏ ਆ, ਨਿਮਰਤਾ ਨਾਲ ਬੰਦਗੀ ਕਰਕੇ ਵੱਡੇ ਹੋਣੇ ਆ, ਗੁਰਮੁਖ ਜਿਹੜੇ ਗੁਰੂ ਤੋਂ ਵਰੋਸਾਏ ਆ। ਪ੍ਰਗਟੀ ਆਏ ਮੈਨੂੰ ਪ੍ਰਗਟ ਪ੍ਰਸਿੱਧ ਹੋ ਗਿਆ। ਜਾਤ ਜਾਤ ਭੈੜੀਆਂ ਅਤੇ ਚੰਗੀਆਂ ਜਾਤਾਂ ਜਾਗ ਸੰਸਾਰ ਵਿੱਚ ਗੁਰ ਪਾਏ, ਗੁਰੂ ਕਿਰਪਾ ਦੇ ਪਾਤਰ ਬਣੇ ਆ। ਸੋਲਵੀਂ ਪੌੜੀ ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੇ। ਬੁੱਧੀਮਾਨ ਲੋਕਾਂ ਤੋਂ ਸੁਣ ਕੇ ਵੇਦ ਆਖਦਾ, ਸੁਣ ਸੁਣ ਕੇ ਗਿਆਨੀ ਲੋਕ ਗਿਆਨ ਕਰਦੇ ਆ। ਸੁਰਗ ਲੋਕ ਸੁਣ ਮਾਤ ਲੋਕ ਸੁਣ ਸੁਣ ਸਾਤ ਪਤਾਲ ਨਾ ਜਾਣੇ। ਸੁਰਗ ਦੇ ਲੋਕ ਔਰ ਮਾਤ ਲੋਕ ਦੇ ਪਤਾਲਾਂ ਦੇ ਲੋਕ ਇਹ ਸੁਣ ਸੁਣ ਕੇ ਉਹਨੂੰ ਜਾਣਦੇ ਆ। ਭੂਤ ਭਵਿੱਖ ਨੇ ਵਰਤਮਾਨ ਆਦਮਾ ਦਾ ਅੰਤ ਹੋਏ ਹੈਰਾਨੇ। ਭੂਤ ਭਵਿੱਖ ਵਰਤਮਾਨ ਦੇ ਵਿੱਚ ਆਦਮਾ ਦਾ ਅੰਤ ਤੱਕ ਹੈਰਾਨ ਹੋ ਰਹੇ ਆ। ਪਤਾਲਾਂ ਦੇ ਲੋਕ ਵੀ ਸੁਣ ਸੁਣ ਕੇ ਜਾਣਦੇ ਆ। ਉੱਤਮ ਮਧਮ ਨੀਚ ਹੋਏ ਸਮਝ ਨਾ ਸਕਣ ਚੋਜ ਵਡਾਣੇ। ਭਾਈ ਸਾਹਿਬ ਕਹਿੰਦੇ ਆ ਉੱਤਮ ਮਧਮ ਨੀਚ ਹੋ ਕੇ ਤਿੰਨਾਂ ਹਾਲਤਾਂ ਵਾਲੇ ਲੋਕ ਜਿਹੜੇ ਆ
ਉਹ ਪਰਮਾਤਮਾ ਦੇ ਅਸਚਾਰਜ ਕੌਤਕਾਂ ਨੂੰ ਸਾਰੇ ਸਮਝ ਨਹੀਂ ਸਕਦੇ, ਵਡਾਉਣੇ ਬਣੇ ਅਸਚਾਰਜ। ਰਾਜਗੁਣ ਤਮ ਗੁਣ ਆਖੀਏ ਸੱਤ ਗੁਣ ਸੁਣ ਅਖਾਣ ਵਿਖਾਣੇ। ਵੀ ਭਾਈ ਸਾਹਿਬ ਕਹਿੰਦੇ ਆ ਕਿ ਰਜੋਗੁਣੀ ਰਾਜੇ, ਤਮੋਗੁਣੀ ਦੈਂਤ ਦਨ, ਸਤੋਗੁਣੀ ਦੇਵਤੇ, ਇਹ ਵੀ ਸੁਣ ਸੁਣ ਕੇ ਅਖਾਣਾਂ ਨੂੰ ਕਹਿੰਦੇ ਆ, ਬਖਾਣ ਦੇ ਆ ਪ੍ਰਸੰਗਾਂ ਨੂੰ, ਅਖਿਆਣ ਪ੍ਰਸੰਗ। ਮਨ ਵਿੱਚ ਕਰਮ ਸੇ ਭਰਮ ਦੇ ਸਾਧ ਸੰਗ ਸਤਿਗੁਰ ਨਾਲ ਸਿਆਣੇ। ਭਾਈ ਸਾਹਿਬ ਕਹਿੰਦੇ ਮਨ ਬਾਣੀ ਸ਼੍ਰੀ ਕਰਕੇ ਭਰਮ ਰਹੇ ਆ, ਸਾਧ ਸੰਗ ਮਿਲ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਸਿਆਣੇ ਪਛਾਣਦੇ। ਪਕੜ ਹਿੰਦੂ ਮੁਸਲਮਾਨ ਹੈ, ਪਕੜ ਮੈਨੇ ਨਿੰਦਕ ਵਿਅਰਥ। ਇਸ ਕਰਕੇ ਹਿੰਦੂ ਮੁਸਲਮਾਨ ਦੋਵੇਂ ਪਕੜਿਆ, ਭਾਵ ਨਿੰਦਕ ਅਤੇ ਵਿਅਰਥ ਆ। ਸੁਣ ਸੁਣ ਕੇ ਗੱਪਾਂ ਮਾਰ ਰਿਹਾ, ਕਮਾਈ ਤੋਂ ਬਿਨਾਂ ਗੱਲ ਬਣਦੀ ਨਹੀਂ। ਜਦ ਜਗ ਕੋਗਾ ਮੁੱਖ ਚੋਂ ਚ ਗਿਆਨ ਬਣੀ ਹੋਈ ਹੈ। 17ਵੀਂ ਪੌੜੀ, ਸਤਿਯੁਗ ਇੱਕ ਵਿਗਾੜਦਾ ਅਤੇ ਇਸ ਪਿੱਛੇ ਫੜਦੇ ਇਸ ਭੀੜ ਆਏ। ਸਤਿਯੁਗ 'ਚ ਇੱਕ ਜਣਾ ਪਾਪ ਕਰਦਾ ਸੀ ਅਤੇ ਹੁੰਦਾ ਕੀ ਸੀ, ਸਾਰਾ ਦੇਸ਼ ਪੀੜਿਆ ਜਾਂਦਾ ਸੀ, ਉਹਦੇ ਪਿੱਛੇ ਫੜ ਕੇ ਸਾਰੇ ਦੇਸ਼ ਨੂੰ ਪੀੜ ਦਿੰਦੇ ਸੀ। ਤ੍ਰਿਤੇ ਨਗਰੀ ਬਗਲੀ ਜਾਂ ਦੁਆਪਰ ਬਾਂਸ ਨਰਕ ਸਮ ਸਹਿਮ ਆਏ। ਫਿਰ ਦੁਆਪਰ ਯੋਗ ਆ ਗਿਆ, ਸਾਰੀ ਨਗਰੀ ਫੜੀ ਗਈ, ਦੁਆਪਰ ਸਾਰੀ ਬਾਂਸ ਨਰਕ, ਨਰਕ ਨਰਕ ਦੇ ਵਿੱਚ ਪਾਈ ਜਾਂਦੀ ਸੀ। ਵਿਗਾੜਦਾ ਮੈਨੂੰ ਪਾਪ ਕਰਦਾ, ਪੀੜਾ ਹੈ ਮੈਨੂੰ ਪੀੜੀ ਦਾ, ਬਗਲੀ ਹੈ ਮੈਨੂੰ ਘੇਰੀ ਦਾ। ਨਰਕ ਕੁੰਡ ਵਿੱਚ ਪਾਈ ਜਾਂਦੀ ਸੀ। ਇਸ ਤਰ੍ਹਾਂ ਦਾ ਉਦੋਂ ਦਾ ਵਰਤਾਰਾ, ਵਿਗਾੜ ਦਾ ਵਣ ਬਗਲ ਨਾਲ ਘੇਰ ਲੈਣਾ, ਪੀੜਾ ਇਹ ਸਜ਼ਾ ਦਿੱਤੀ ਜਾਂਦੀ। ਸਤਿਯੁਗ ਇੱਕ ਮਨੁੱਖ ਪਾਪ ਕਰਦਾ ਸੀ ਅਤੇ ਬਦਲੇ ਸਾਰਾ ਦੇਸ਼ ਪੀੜਿਆ ਜਾਂਦਾ। ਤ੍ਰੇਤੇ 'ਚ ਇੱਕ ਜਣਾ ਨਗਰੀ ਨੂੰ ਫੜ ਕੇ ਘੇਰ ਕੇ ਫੜ ਲਿਆ ਜਾਂਦਾ ਸੀ, ਬਗਲੀ ਇਹਨਾਂ ਨੇ ਘੇਰ ਕੇ। ਦੁਆਪਰ ਵਿੱਚ ਇੱਕ ਪਿੱਛੇ ਸਾਰੀ ਬੰਸ ਸਹਿਮ ਆਏ, ਸਾਰੀ ਬੰਸ ਜਿਹੜੀ ਸੀ ਤ੍ਰੇਤੇ ਦੇ ਵਿੱਚ ਬਗਲੀ ਜਾਂਦੀ ਸੀ। ਤ੍ਰੇਤੇ ਨਗਰੀ ਬਗਲੀ ਆ, ਦੁਆਪਰ ਬੰਸ ਨਰਕ ਸਹਿਮ ਆਏ, ਸਾਰੇ ਨਰਕ ਦੇ ਵਿੱਚ ਸੁੱਟੇ ਜਾਂਦੇ ਸੀ। ਤ੍ਰੇਤੇ ਸਾਰੀ ਨਗਰੀ ਫੜੀ ਦੀ ਸੀ, ਦੁਆਪਰ ਵਿਖੇ ਸਾਰੀ ਬੰਸ ਨਰਕ ਕੁੰਡ 'ਚ ਪਾਈ ਜਾਂਦੀ ਸੀ। ਸਹਿਮਾਏ ਮੈਨੇ ਸਾਰੇ ਹੀ। ਜੋ ਫੇੜੇ ਸੋ ਫੜੀ ਦਾ, ਕਲਯੁਗ ਸੱਚਾ ਨਾ ਉਹ ਕਰਾਏ। ਹੁਣ ਕਲਯੁਗ ਦੇ ਵਿੱਚ ਭਾਈ ਸਾਹਿਬ ਦੱਸਦੇ ਆ, ਜਿਹੜਾ ਪਾਪ ਕਰੇ ਉਹ ਫੜੀ ਦਾ, ਇਸ ਕਰਕੇ ਸੱਚਾ ਨਿਆਉ ਕੀਤਾ ਜਾਂਦਾ। ਸਾਜੋ ਤ੍ਰੇਤਾ ਦੁਆਪਰ ਪਣੀਆ, ਕਲਯੁਗ ਉੱਤਮੋ ਜੁਗਾ ਮਾਹੇ, ਇਹ ਕਰਕੇ ਸਵੈ ਕਰ ਪਾਏ, ਕੋਈ ਨਾ ਪਕੜਿਆ ਕਿਸੇ ਥਾਏ। ਜੋ ਫੇੜਿਆ ਸੋ ਫੜੀ ਦਾ, ਜੋ ਪਾਪ ਕਰਦਾ ਉਹੀ ਫੜਿਆ ਜਾਂਦਾ। ਕਲਯੁਗ ਸੱਚਾ ਨਿਆਂ, ਕਲਯੁਗ ਸੱਚਾ ਨਿਆਂ ਕਰਾ ਰਿਹਾ। ਸਤਿਯੁਗ ਸਤਿਰੇਤੇ ਯੁਗਾ ਦੁਆਪਰ ਪੂਜਾ ਚਾਰ ਦੜਾ। ਸਤਿਯੁਗ ਸੱਤ ਬੋਲਣ ਤ੍ਰੇਤੇ 'ਚ, ਹਾਂਜੀ, ਅਤੇ ਯੱਗ ਕਰਨੇ ਨਾ ਤ੍ਰੇਤੇ ਜਗਾਂ, ਦੁਆਪਰ ਪੂਜਾ ਚਾਰ ਦੜਾਏ। ਦੁਆਪਰ ਦੇ ਵਿੱਚ ਪੂਜਾ ਦੇ ਕਰਤੱਵਾਂ ਦੀ ਦ੍ਰਿੜਤਾ ਕਰਾਉਂਦੇ ਸੀ। ਚਾਰ ਮਹੀਨੇ ਸੁੰਦਰ ਪੂਜਾ, ਚਾਰ ਪੂਜਾ ਦੇ ਕਰਤੱਵਾਂ ਦੀ, ਪੂਜਾ ਦੇ ਚਾਰ ਮਹੀਨੇ ਕਰਤੱਵ ਦ੍ਰਿੜਾਏ ਜਾਂਦੇ ਸੀ। ਕਲਯੁਗ ਨਾ ਆਰਾਧਨਾ ਹੋਰ ਕਰਮ ਕਰਮ ਉਤਨਾ ਹੈ। ਕਲਯੁਗ 'ਚ ਇੱਕ ਨਾਮ ਦਾ ਆਰਾਧਨਾ ਮੁੱਖ ਕਰਮ ਹੈ, ਹੋਰ ਕਰਮਾਂ ਕਰਕੇ ਮੁਕਤੀ ਨਹੀਂ ਮਿਲਦੀ। ਯੁਗ ਯੁਗ ਦੁਨੀਆ ਬੀਜੀਏ, ਪਾਪ ਪੁੰਨ ਕਰ ਦੁੱਖ ਸੁੱਖ ਪਾਏ। ਭਾਈ ਸਾਹਿਬ ਕਹਿੰਦੇ ਆ, ਯੁਗਾਂ ਜੁਗਾਂ ਜਿਹਾ ਜੋ ਕੋਈ ਪਾਪ ਪੁੰਨ ਬੀਜਦਾ, ਉਹਦਾ ਫਲ ਦਿਆਂ ਦੁੱਖ ਸੁੱਖ, ਫਿਰ ਲੂਣੇ ਮੈਨੇ ਘੱਟਦਾ ਆ।
ਕਲਯੁਗ ਦੇ ਵਿੱਚ ਇਹ ਵੱਡੀ ਗੱਲ ਹੈ। ਪਾਪਾਂ ਨੂੰ ਕਰ ਦੁੱਖ ਸੁੱਖ, ਪਾਪਾਂ ਨੂੰ ਪੁੰਨਾ ਕਰੇ ਦੁੱਖ ਸੁੱਖ ਪਾਉਂਦੇ। ਕਲਯੁਗ ਚ ਵੈ ਪੁੰਨ ਫਲ, ਪਾਪਾਂ ਲਈ ਪਾ ਧਰਮ ਕਮਾਏ। ਫਿਰ ਭਾਈ ਗੁਰਦਾਸ ਕਹਿੰਦੇ ਆ ਕਿ ਕਲਯੁਗ ਪੁੰਨ ਦੇ ਚਿੱਤ ਵੇਮ ਫਲ ਹੋ ਜਾਂਦਾ, ਪਾਪ ਦਾ ਜਾਂ ਲੇਪ ਅਧਰਮ ਕਮਾਉਣ 'ਤੇ ਹੁੰਦਾ ਆ। ਗੁਰਮੁਖ ਸੁੱਖ ਫਲ ਆਪ ਗੁਆਏ, ਗੁਰਮੁਖ ਜਿਹੜੇ ਆ ਸੁੱਖ ਰੂਪੀ ਫਲ ਬਰਾਗ ਧਾਰ ਕੇ ਆਪਾ ਭਾਵ ਗੁਆ ਕੇ ਗੁਰਮੁਖ ਪਦਵੀ ਨੂੰ ਪ੍ਰਾਪਤ ਕਰਦੇ ਆ। 18ਵੀਂ ਪੌੜੀ ਸਤਿਯੁਗ ਆਉਣ ਦੇ ਧੌਲ ਧਰਮ ਹੋਵਾ ਵੜੀ ਹੋਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਸਤਿਯੁਗ ਦਾ ਅਨਿਯਮ ਦੇਖ ਕੇ ਇੱਕ ਪਾਪ ਦੇ ਦੇਸ਼ ਨੂੰ ਪੀੜ੍ਹੀ ਦਾ ਅਨਿਯਮ ਵੇਖ ਕੇ ਜਿਹੜਾ ਧਰਮ ਬੈਲ ਸੀ ਉਹ ਵੀ ਉਡੀਣਾ, ਮੈਨੂੰ ਗਮਗੀਨ ਉਦਾਸ ਹੋ ਗਿਆ ਧੌਲ ਮੈਨੇ ਬੈਲ। ਸੁਰਪਤ ਨਰਪਤ ਚੱਕਰ ਵੈ ਰੱਖ ਨਾ ਹੋਗਣ ਬਲ ਮਤ ਹੀਣਾ, ਐਸਾ ਕਿ ਸੁਰਪਤ ਇੰਦਰ ਚੱਕਰਵਰਤੀ ਰਾਜੇ ਵੀ ਸੰਭਾਲ ਨਾ ਸਕੇ, ਬਲ ਅਤੇ ਬੁੱਧੀ ਤੋਂ ਹੀਣਾ ਹੋ ਗਿਆ। ਤੇਰੇ 'ਤੇ ਖਿਸਿਆ ਪੈਰਿਕ ਹੂਮ ਜਗ ਜਗ ਥਾਪ ਪਤੀਣਾ। ਤ੍ਰੇਤੇ 'ਚ ਧਰਮ ਬੈਲ ਦਾ ਇੱਕ ਬੈਰ ਖਿਸ ਗਿਆ, ਹੋਮ ਅਤੇ ਜੱਗਾਂ ਦਾ ਜਾਪ ਥਾਪ ਕੇ ਲੋਕ ਇਹਦੇ 'ਚ ਭਤੀਜ ਗਏ। ਪਤੀਣਾ ਮੈਨੇ ਭਤੀਜ ਗਏ ਥਾਪ ਕੇ ਇਸ ਤਤ ਕਰਕੇ। ਦੁਆਪਰ ਦੋਏ ਪੱਗ ਧਰਮ ਦੇ ਪੂਜਾ ਚਾਰ ਪਖੰਡ ਲੀਣਾ, ਦੁਆਪਰ ਧਰਮ ਦੇ ਦੋ ਪੈਰ ਹੋਰ ਕੱਟ ਗਏ, ਲੋਕ ਪੂਜਾ ਚਾਰਾਂ ਪਖੰਡਾਂ 'ਚ ਮਸਤ ਹੋ ਗਏ। ਅਲੀਣਾ ਮੈਨੇ ਆਪਣੇ ਭੌਰੇ ਵਾਂਗੂ ਮਸਤ ਹੋ ਜਾਣਾ, ਪਤੀਣਾ ਮੈਨੇ ਭਤੀਜਣਾ, ਚੱਕਰ ਵਿੱਚ ਚੱਕਰਵਰਤੀ ਹੰਗਨ ਹੰਗ ਮੈਨੇ ਸਕਣ ਉਦਾਸ ਚਿੰਤਾ ਧਰ। ਕਲਯੁਗ ਰਹਿਆ ਪੈਰਿਕ ਹੋਏ ਨਮਾਣਾ ਧਰਮ ਅਤੇ ਅਧੀਣਾ, ਕਲਯੁਗ ਦੇ 'ਚ ਇੱਕੋ ਹੀ ਪੈਰ ਰਹਿ ਗਿਆ, ਧਰਮ ਨਮਾਣਾ ਹੋ ਗਿਆ, ਅਧੀਣਾ ਅਧੀਨ ਹੋ ਗਿਆ। ਮਾਣ ਨਮਾਣੇ ਸਤਿਗੁਰੂ ਸਾਧ ਸੰਗਤ ਪ੍ਰਗਟ ਪ੍ਰਵੀਣ, ਨਮਾਣਿਆਂ ਨੂੰ ਮਾਣ ਦੇਣ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਪ੍ਰਵੀਣ ਤਤ ਮਿਖੇ ਮਿਥਿਆ ਦੇ ਨਿਆਏ ਜੀਵਨ ਵਾਲੀ ਜਿਹੜੀ ਰੀਤੀ ਸਾਧ ਸੰਗਤ ਵਿੱਚ ਪ੍ਰਗਟ ਕਰ ਦਿੱਤੀ। ਗੁਰਮੁਖ ਧਰਮ ਸਪੂਰਨ ਰੀਣਾ, ਭਾਈ ਸਾਹਿਬ ਕਹਿੰਦੇ ਆ ਰੀਣਾ ਨਾਮ ਹੁੰਦਾ ਕਿਣਕੇ ਦਾ। ਧਰਮ ਜਿਹੜਾ ਕਿਣਕੇ ਕਿਣਕੇ ਹੁੰਦਾ ਜਾਂਦਾ ਸੀ ਉਹ ਗੁਰਮੁਖਾਂ ਦੁਆਰਾ ਸੰਪੂਰਨ ਚਾਰ ਪੈਰਾਂ ਵਾਲਾ ਸਾਬਤ ਕਰਤਾ। ਸੱਤ ਸੰਤੋਖ ਵਿਚਾਰ ਅਤੇ ਨਾਮ ਇਹ ਚਾਰ ਅੰਗ ਜਿਹੜੇ ਸੀ ਮਹਾਰਾਜ ਨੇ ਪ੍ਰਗਟ ਕਰ ਦਿੱਤੇ ਹੈ। ਨੌਵੀਂ 19ਵੀਂ ਪੌੜੀ ਚਾਰ ਵਰਨ ਇੱਕ ਵਰਨ ਕਰਨ ਵਰਨ ਅਵਰਨ ਸਾਧ ਸੰਗ ਜਾਪਾ। ਚਾਰੇ ਵਰਨ ਖੱਤਰੀ ਵੈਸ਼ ਸ਼ੂਦਰ ਵੈਸ਼ ਖੱਤਰੀ ਬ੍ਰਾਹਮਣ ਸੂਦ ਵੈਸ਼ ਇੱਕ ਵਰਨ ਕਰਕੇ, ਵਰਨ ਭਾਵੇਂ ਵਰਨ ਹੋਵੇ ਉਹ ਸਾਧ ਸੰਗਤ ਕਰਕੇ ਜਾਣੇ ਜਾਂਦੇ ਆ, ਜਾਪੇ ਮੈਨੇ ਜਾਣੇ ਦੇ ਆ। ਛੇ ਰੁੱਤੀ ਛੇ ਦਰਸ਼ਨ ਗੁਰਮੁਖ ਦਰਸ਼ਨ ਸੂਰਜ ਥੱਪ ਹੈ, ਛੇ ਰੁੱਤਾਂ ਰੂਪੀ ਛੇ ਦਰਸ਼ਨਾਂ ਵਿਖੇ ਗੁਰਮੁਖ ਦਰਸ਼ਨ ਮਤ ਦਰਸ਼ਨ ਮਤ ਸੂਰਜ ਵਾਂਗ ਸਥਾਪਨ ਹੋ ਗਿਆ। ਬਾਰਾਂ ਪੰਥ ਮਿਟਾ ਗੁਰਮੁਖ ਪੰਥ ਵੱਡਾ ਪ੍ਰਤਾਪ। ਬਾਰਾਂ ਪੰਥ ਯੋਗੀਆਂ ਦਾ ਜਿਹੜਾ ਝਗੜਾ ਸੀ ਸਤਿਗੁਰਾਂ ਨੂੰ ਮਿਟਾ ਕੇ ਗੁਰਮੁਖ ਪੰਥ ਬੜੇ ਪ੍ਰਤਾਪ ਵਾਲਾ ਬਣਾਇਆ। ਵੇਦਕ ਅਤੇ ਬੰਬਾਰਾ ਅਨਹ ਸ਼ਬਦ ਅਗਮ ਲਾਪੇ। ਭਾਈ ਸਾਹਿਬ ਕਹਿੰਦੇ ਫਿਰ ਜਿਹੜਾ ਪੰਥ ਸੀ ਵੇਦਾਂ ਕਿਤੇਬਾਂ ਤੋਂ ਬਾਹਰ ਆ, ਇਹ ਆਨਾ ਸ਼ਬਦ ਦੁਆਰਾ ਅਗੰਮ ਪਰਮਾਤਮਾ ਦਾ ਉਚਾਰਨ ਕਰਦੇ ਆ, ਇੱਕੋ ਇੱਕ ਅਕਾਲ ਪੁਰਖ ਦੇ ਨਾਮ ਦਾ ਉਚਾਰਨ ਕਰਦੇ ਆ। ਅਲਾਪੇ ਮੈਨੇ ਅਲਾਪਚਾਰੀ ਕਰਦੇ ਆ, ਅਵਰਨ ਮੈਨੇ ਪਿਆੜਾ ਵਰਨ ਪਛਾਪੇ ਪਛਾਣੀ ਦਾ, ਅਜਾਪੇ ਅਕਾਲ ਪੂਰਨ ਜੋ ਮਨ ਬਾਣੀ ਤੋਂ ਪਰੇ ਨਿਕੱਥੇ ਮੈਨੇ ਨਿਕਲ ਗਏ। ਪੈਰੀ ਪੈ ਪਾ ਖਾਕ ਹੋਏ ਗੁਰ ਸਿੱਖਾਂ ਰਹਿ ਰਾਸ ਪਛਾਪੈ। ਫਿਰ ਚਰਨਾ ਪੈਣਾ ਚਰਨਾਂ ਦੀ ਧੂੜ ਹੋਣਾ ਸਤਿਗੁਰਾਂ ਸਿੱਖਾਂ ਦੀ ਰੋਹ ਰੀਤੀ ਪਛਾਣੀ ਦੀ, ਪਛਾਪੇ ਮੈਨੇ ਪਛਾਣੀ ਦੀ। ਮਾਇਆ ਵਿੱਚ ਉਦਾਸ ਕਰ ਆਪ ਗੁਆਏ ਜਪੈ ਅਜਾਪੈ। ਮਾਇਆ ਵਿੱਚ ਰਹਿੰਦੇ ਉਦਾਸ ਰਹਿੰਦੇ, ਆਪਾ ਭਾਵ ਗਵਾ ਕੇ ਅਜੱਪਾ ਜਾਪ ਦੁਆਰੇ ਜਾਪ ਕਰਦੇ, 24 ਘੰਟੇ ਸਿਮਰਨ ਕਰਦੇ ਆ। ਲੰਘ ਨਕੱਥੈ ਬਰੇ ਸਰਾਪੇ, ਬਰ ਸਰਾਪ ਰਿੱਧੀਆਂ ਸਿੱਧੀਆਂ ਤੋਂ ਲੰਘ ਕੇ ਇਹ ਫਿਰ ਗੁਰਮੁਖਾਂ ਦਾ ਪੰਥ ਜਿਹੜਾ ਪ੍ਰਾਪਤ ਹੁੰਦਾ ਹੀ ਤੋਂ ਅੱਗੇ ਨਿਕਲ ਗਏ।
20ਵੀਂ ਪੌੜੀ ਮਿਲਦੇ ਮੁਸਲਮਾਨ ਦੋਏ ਮਿਲ ਮਿਲ ਕਰਨ ਸਲਾਮਾਂ ਲਿਖੀ ਅਤੇ ਅਮਲੈਕਮ ਸਲਾਮ ਅਲੈਕਮ ਜਦੋਂ ਦੋ ਮੁਸਲਮਾਨ ਮਿਲਦੇ ਆਪਸ ਵਿੱਚ ਉਹ ਮਿਲ ਕੇ ਸਲਾਮਾਂ ਬਾਲਕਮ ਸਲਾਮ ਸਲਾਮਾਂ ਅਲੈਕਮ ਇਵੋਂ ਕਰਦੇ ਆ ਜੋਗੀ ਕਰਨਾ ਦੇਸ ਮਿਲ ਆਦਿ ਪੁਰਖਾ ਦੇਸ ਵਿਖੀ ਜੋਗੀ ਜਿਹੜੇ ਆ ਇੱਕ ਦਿਨ ਮਿਲਦੇ ਆ ਆਦੇਸ ਨਮਸਕਾਰ ਕਹਿੰਦੇ ਦੂਜਾ ਆਦਿ ਪੁਰਖ ਆਦੇਸ ਕਹਿੰਦਾ ਕਿ ਪਰਮਾਤਮਾ ਨਮਸਕਾਰ ਹੈ ਅਤੇ ਬਾਰਾਂ ਪੰਥ ਬਣਾਇਆ ਗੁਰੂ ਪੰਥ ਵੱਡਾ ਪ੍ਰਤਾਪ ਹੈ ਭਾਈ ਸਾਹਿਬ ਅੱਗੇ ਦੱਸ ਰਹੇ ਆ ਕਿ ਸੰਨਿਆਸੀ ਘਰ ਓਮ ਨਮੋ ਓਮ ਨਮ ਨਾਰਾਇਣ ਬੋ ਭੇਖੇ ਭੇਖੀ ਆਦੇਸ਼ ਬਸ਼ੇਖੀ ਵਿਸ਼ੇਖੀ ਆਦੇਸ਼ ਬਸੇਖੀ ਅੱਗੋਂ ਫਿਰ ਉਹ ਭਾਈ ਦੇਵ ਕਹਿੰਦੇ ਆ ਜਿਹੜੇ ਮਿਲਦੇ ਆ ਕਿ ਆਦੇਸ਼ ਕਹਿੰਦਾ ਦੂਜਾ ਕਹਿੰਦਾ ਆਦਿ ਪੁਰਖ ਆਦੇਸ਼ ਕਹਿੰਦਾ ਇਹ ਵਿਸ਼ੇਖੀ ਮੈਨੂੰ ਵਿਸ਼ੇਸ਼ ਕਰਕੇ ਕਹਿੰਦੇ ਆ ਸੰਨਿਆਸੀ ਕਰ ਓਮ ਨਮੋ ਓ ਨਮ ਨਾਰਾਇਣ ਬੋ ਭੇਖੀ ਸੰਨਿਆਸੀ ਜਿਹੜੇ ਆ ਆਪ ਜਦੋਂ ਮਿਲਦੇ ਆ ਇਹ ਕਹਿੰਦਾ ਓਮ ਨਮਾ ਦੂਆ ਕਹਿੰਦਾ ਓਮ ਨੂੰ ਨਮਸਕਾਰ ਹੋਵੇ ਦੂਜਾ ਓਮ ਨਮੋ ਨਾਰਾਇਣ ਕਹਿੰਦਾ ਕਿ ਨਾਰਾਇਣ ਕੋ ਨਾਰਾਇਣ ਹੋਵੇ ਫਿਰ ਅੱਗੇ ਬ੍ਰਾਹਮਣ ਨੂੰ ਕਰ ਨਮਸਕਾਰ ਕਰ ਆਸੀਰ ਬਚਨ ਬਹੁਤ ਦੇਖੀ ਬ੍ਰਾਹਮਣ ਨੂੰ ਜੇ ਕੋਈ ਨਮਸਕਾਰ ਕਹਿੰਦਾ ਉਹ ਅੱਗੋਂ ਮੂੰਹ ਦੇਖ ਕੇ ਆਸ਼ੀਰਵਾਦ ਦਾ ਬਚਨ ਕਹਿੰਦਾ ਆਸ਼ੀਰ ਬਚਨ ਆਸ਼ੀਰਵਾਦ ਮੂੰਹ ਦੇਖੀ ਨਮੇਖੀ ਮੈਨੇ ਨਿਮਖ ਮਾਤਰ ਆਸ਼ੀਰ ਮੈਨੇ ਆਸ਼ੀਰਵਾਦ ਸਰੇਖੀ ਮੈਨੇ ਉੱਤਮ ਵਿਸ਼ੇਖੀ ਮੈਨੇ ਵਿਸ਼ੇਸ਼ ਕਰਕੇ ਰਹਿ ਰਸ ਰੋ ਰੀਤੀ ਅੱਗੇ ਭਾਈ ਸਾਹਿਬ ਦੱਸਦੇ ਆ ਪੈਰੀ ਪਵਣਾ ਸਤਿਗੁਰੂ ਗੁਰਸਿੱਖਾਂ ਰਹਿ ਰਸ ਰੇਖੀ ਭਾਈ ਸਾਹਿਬ ਕਹਿੰਦੇ ਪੈਰੀ ਪੈ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਸ੍ਰੇਸ਼ਟ ਰੀਤੀ ਚਲਾਈ ਆ ਸਰੇਖੀ ਮੇਰਾ ਉੱਤਮ ਅਰਾਰਾਣਕ ਬਰਾਬਰੀ ਬਾਲਕ ਬਿਰਧ ਨਾ ਭੇਦ ਨੂੰ ਵੇਖੀ ਫਿਰ ਇਹਦੇ 'ਚ ਰਾਜਾ ਅਤੇ ਰੰਗ ਬਰਾਬਰ ਹੈ ਬਾਲਕ ਬਿਰਧਾ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਨਵੇਖੀ ਮੈਨੇ ਨਿਮਖ ਮਾਤਰ ਚੰਦਨ ਭਗਤਾਂ ਰੂਪ ਨਾ ਰੇਖੀ ਚੰਦਨ ਰੂਪ ਭਗਤਾਂ ਵਿੱਚ ਕੋਈ ਰੂਪ ਰੇਖਾ ਨਹੀਂ ਉਹ ਇੱਕ ਸਰੂਪ ਹੋ ਜਾਂਦੇ ਆ ਭੇਦਭਾਵ ਖਤਮ ਹੋ ਜਾਂਦਾ ਇੱਕੀਵੀਂ ਪੌੜੀ ਨੀਚੋਂ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵਿਆ ਕੋਈ ਨੀਚ ਤੋਂ ਨੀਚ ਆਪਣੇ ਮੈਨੂੰ ਸਦਾਉਣਾ ਲੇਕਿਨ ਗੁਰੂ ਦਾ ਉਪਦੇਸ਼ ਕੋਈ ਕਮਾਉਂਦਾ ਲੇਕਿਨ ਇਹ ਜਿਹੜਾ ਉਪਦੇਸ਼ ਹੈ ਇਹਨੂੰ ਕੋਈ ਕਮਾਉਂਦਾ ਬਿਰਲੇ ਨਹੀਂ ਤਾਂ ਹਰ ਬੰਦਾ ਆਪਣੇ ਹੰਕਾਰ ਦੀ ਡੀਂਗ ਮਾਰਦਾ ਤਰੈ ਬੀਹਾਂ ਦੇ ਦਮ ਲੈ ਇੱਕ ਰੁਪਈਆ ਅੱਛਾ ਹੋਏ ਦਟਾਂ ਦੇ ਤਿੰਨਾਂ ਬੀਹਾਂ 60 ਪੈਸੇ ਅਥਵਾ 30 ਟਕੇ ਦੇ ਕੇ ਇੱਕ ਰੁਪਈਆ ਲਈਏ ਤਾਂ ਭਾਰਾ ਹੋਛਾ ਅਰਥਾਤ ਹੌਲਾ ਹੋ ਜਾਂਦਾ ਭਾਰ ਇੱਕ ਤੋਲਾ ਰਹਿ ਜਾਂਦਾ ਦਸੀ ਰੁਪਈ ਲਈ ਦਾ ਇੱਕ ਸੁਨੇਹਾ ਹੌਲਾ ਸੋਈ ਤਰੈ ਬੀਹਾਂ 60 ਪੈਸੇ ਜਾਂ 30 ਟਕੇ ਹੋਛਾ ਮੈਨੂੰ ਛੋਟਾ ਸੁਨੇਹਾ ਮੈਨੂੰ ਬੁੱਤ ਕੀ ਜਾਂ ਮੋਰ ਭਾਈ ਸਾਹਿਬ ਕਹਿੰਦੇ 10 ਰੁਪਏ ਦੇ ਕੇ ਇੱਕ ਸੁਨੇਹਾ ਮੋਹਰ ਲਈਏ 10 ਮਾਂ ਸਭ ਭਾਰ ਹੋਰ ਹੌਲਕਾ ਹੋ ਜਾਂਦਾ ਸਹਿਜ ਸੁਨੇਹੀਏ ਮੁੱਲ ਕਰ ਲਈਏ ਹੀਰਾ ਹਾਰ ਪਰੋਏ 1000 ਮੋਹਰ ਦਾ ਮੁੱਲ ਕਰਕੇ ਇੱਕ ਹੀਰਾ ਲਈਏ ਉਹ ਭਾਰ ਐਡਾ ਹੌਲਾ ਹੋ ਜਾਂਦਾ ਕਿ ਰਾਣੀਆਂ ਦੇ ਹਾਰ ਦੇ ਵਿੱਚ ਪਰੋਇਆ ਜਾਂਦਾ ਹੈ ਪੈਰੀਂ ਪੈਪਾ ਖਾਕ ਹੋਏ ਮਨ ਵਿੱਚ ਕਰਮ ਭਰਮ ਭੌਖ ਹੋਏ ਭਾਈ ਸਾਹਿਬ ਕਹਿੰਦੇ ਜਿਹੜਾ ਪੈਰਾਂ ਦੀ ਖਾਕ ਹੋ ਕੇ ਪੈਰੀਂ ਪੈਂਦੇ ਮਨ ਬਾਣੀ ਸਰੀਰ ਕਰਕੇ ਉਹ ਫਿਰ ਭਰਮ ਪੌ ਨਹੀਂ ਰੱਖਦੇ ਇਹਨੂੰ ਨਾਸ ਕਰ ਦਿੰਦੇ ਆ ਖੋਈ ਮੈਨੇ ਨਾਸ ਕਰਦੇ ਆ ਹੋਏ ਪਛਾਣ ਪੰਜ ਮਾਰ ਬਾਹਰ ਜਾਂਦਾ ਰੱਖ ਸਗੋਈ ਭਾਈ ਸਾਹਿਬ ਕਹਿੰਦੇ ਆ ਉਹ ਫਿਰ ਗੁਰਮੁਖ ਪਿਆਰੇ ਸਤਸੰਗ ਵਿੱਚ ਪ੍ਰਾਪਤ ਹੋ ਕੇ ਪੰਜ ਇੰਦਰੀ ਅਥਵਾ ਕਾਮ ਕ੍ਰੋਧ ਆਦਿ ਜਿਹੜੇ ਵਿਖੇ ਮਾਰ ਕੇ ਬਾਹਰ ਜਾਂਦਾ ਮਨ ਰੋਕ ਕੇ ਰੱਖਦੇ ਪਛਾਣ ਮੈਨੇ ਸਤਸੰਗ ਸ਼੍ਰੋਮਣੀ ਸਤਸੰਗ ਵਿਖੇ ਪ੍ਰਾਪਤ ਹੋ ਕੇ ਪੰਜਾਂ ਇੰਦਰੀਆਂ ਪੰਜਾਂ ਵਿਕਾਰਾਂ ਨੂੰ ਮਾਰ ਕੇ ਬਾਹਰ ਜਾਣ ਵਾਲੇ ਮਨ ਨੂੰ ਬਾਹਰ ਜਾਂਦਾ ਰੱਖ ਸਗੋਈ ਮਨ ਦਾ ਰੋਕਣਾ ਸੰਗੋਈ ਮੈਨੇ ਰੱਖ ਸਗੋਈ ਮਨ ਦਾ ਰੋਕਣਾ ਕਰਦੇ ਆ ਬੋਲ ਅਮੋਲ ਸਾਧ ਜਨ ਹੋਈ ਭਾਈ ਸਾਹਿਬ ਕਹਿੰਦੇ ਉਹ ਸਾਧੂ ਜਨ ਜਿਹੜੇ ਆ ਉਹਨਾਂ ਦੇ ਬੋਲ ਮਹਿਮਾ ਅਮੋਲ ਆ ਹੀਰੇ ਤੋਂ ਵੀ ਵਧੀਕ ਮਹਿੰਗੇ ਆ ਭਾਈ ਸਾਹਿਬ ਨੇ ਇਹ ਸਾਰੇ ਦ੍ਰਿਸ਼ਟਾਂਤ ਨਿਮਰਤਾ ਦਿੱਤੇ ਆ
ਇਹ ਜਿਹੜਾ ਵੀ ਗੁਰਮੁਖ ਪਿਆਰਾ ਨਿਮਰਤਾ ਨੂੰ ਧਾਰਦਾ ਉਹਦਾ ਜੀਵਨ ਉੱਚਾ ਸੁੱਚਾ ਪਵਿੱਤਰ ਹੋ ਜਾਂਦਾ। ਅਤੇ ਜਿਹੜੀ ਇਹ 23ਵੀਂ ਵਾਰ ਆ ਭਾਈ ਗੁਰਦਾਸ ਸਾਹਿਬ ਦੀ ਪੂਰੀ ਹੋਈ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਉਪਦੇਸ਼ ਸਾਡੇ ਹਿਰਦੇ ਨੂੰ ਨਾਸ ਕਰਨ, ਸਾਨੂੰ ਵੀ ਪੁਰਾਤਨ ਗੁਰਸਿੱਖਾਂ ਵਾਲਾ ਜੋ ਜੀਵਨ ਪ੍ਰਾਪਤ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ